ਰਾਗ ਵਾਲੀ ਪ੍ਰਕਰਨ ਕਬੀਰ ਸਾਹਿਬ ਨੇ ਉਚਾਰਿਆ ਸੀ, ਹੁਣ ਵਿਰਾਗ ਦਾ ਪ੍ਰਕਰਨ ਜਾਣ ਕੇ ਭਗਤ ਪ੍ਰਲੋਚਨ ਦਾ ਸ਼ਬਦ ਗੁਰੂ ਸਾਹਿਬ ਨੇ ਉਚਾਰਦੇ ਆ। ਭਗਤ ਪ੍ਰਲੋਚਨ ਦੀ ਬਾਣੀ ਹੋਰ ਨੇ ਇਹਨਾਂ ਦੇ ਅਲਪ ਸੀ ਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮੈਨੂੰ ਦਰਸ਼ਨ ਦੇਣ, ਇਹਦੇ ਮਾਰਾ ਅੰਤਰਜਾਮੀ ਨਾ ਰਖਾ ਕੇ 13 ਮਹੀਨੇ ਆ ਕੇ ਬਿਰਧ ਹੋਇਆਂ ਦੀ ਅਸੀਂ ਇਸਤਰੀ ਦੀ ਅਤੇ ਇਹਨਾਂ ਦੀ ਸੇਵਾ ਕਰ ਰਹੇ ਹਾਂ। ਜਿਸ ਪ੍ਰਕਾਰ ਸ਼ਬਦ ਆ ਰਿਹਾ ਨਾਰਾਇਣ ਦੀ ਸ਼ਿਕਾਇਤ ਹੁੰਦੀ ਦੁਬਾਰੀ, ਉੱਥੇ ਮਾਰਾ 13 ਮਹੀਨੇ ਇਹਨਾਂ ਦੀ ਸੇਵਾ ਕਰਦੇ ਨੇ, ਸੰਤਾਂ ਨੂੰ ਵੀ ਸਾਂਭਦੇ ਰਹੇ। ਫਿਰ ਜਿਸ ਵਕਤ ਮਾਈ ਨੇ ਨਿੰਦਿਆ ਕੀਤੀ, ਸਤੀ ਦਾ ਭੁੱਖਾ ਇਹ ਕਹਿਤਾ, ਜਾਨੀ ਕੋਈ ਆਟਾ ਮੰਗਣ ਗਈ ਨਹੀਂ, ਜਿੰਨਾ ਪਰੋਸਦਾ ਕਰਕੇ ਚੁੱਪ ਕਰਕੇ ਸਗਲਿਆ ਕਰਨ, ਇਹ ਕਿਹਾ ਸੀ ਜਿੰਨਾ ਦੇਰਿਆ ਕਰਨ ਸਗਲਿਆ ਕਰਨਗੇ, ਦੁਬਾਰਾ ਨਹੀਂ ਅਸੀਂ ਲੈਣ। ਇਹ ਹੋਰ ਮਾਈ ਪਰੋਸਣ ਲੱਗ ਗਈ ਭੁੱਖੇ ਨਾਲ ਹੈ, ਇੱਕ ਦਿਨ ਸਾਰੀ ਕੰਮ ਬਿਤਾ ਕੇ ਖਾ ਪੀ ਚੁੱਪ ਕਰਕੇ ਖਾ ਲਈ, ਗੁਆਂਢਣ ਤੋਂ ਆਟਾ ਮੰਗਣ ਗਈ ਤੇ ਨਿੰਦਿਆ ਕਰ ਰਹੀ ਸੀ, ਉਸ ਵੇਲੇ ਮਹਾਰਾਜ ਅਨੁਭਵ ਹੋ ਗਏ ਸਨ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਕਹਿੰਦੇ ਦੋ ਦਾ ਲੋਚਨ ਸਰਬਾਨਾ ਵਿਦਵਾਨਾਂ ਤ੍ਰਿਲੋਚਨ ਪੰਚ ਲੋਕ ਸੰਤ ਲੋਕ ਲੋਚਨ ਪੰਚਾਨ ਗਿਆਨੀ ਅਨੰਤ ਲੋਚਨਾ ਇਹ ਮੰਨਿਆ ਹੈ। ਇਹ ਤ੍ਰਿਲੋਚਨ ਇਹਨਾਂ ਲੋਕਾਂ ਵਿੱਚ ਦੇਖਣ ਵਾਲੇ, ਜਿਸ ਦਾ ਰੂਪ ਆਪਣੇ ਸਰੀਰ ਨੂੰ ਪ੍ਰਗਟ ਕਰਨ ਵਾਲੇ ਭਗਤ ਤ੍ਰਿਲੋਚਨ ਵੀ ਹੋਏ ਹਨ। ਮਾਇਆ ਮੋਹ ਮਨ ਅੱਗ ਲੜਾ ਪ੍ਰਾਣੀ, ਇਹ ਮਾਇਆ ਦਾ ਜਿਹੜਾ ਮੋਹ ਹੈ ਇਹ ਮਨ ਚ ਅੱਗ ਲੜਾ ਨਾਂ ਅਗਲ ਅਨਾਦ ਕਾਲ ਦਾ ਆ ਕੇ ਚਿੰਬੜਿਆ ਹੋਇਆ, ਪਹਿਲਾਂ ਤੋਂ ਆ ਕੇ ਚਿੰਬੜਿਆ ਹੋਇਆ। ਜਿਉਂ ਰਚਨਾ ਰਚੀ ਹੈ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਇ ਬਾਪ ਕੀ ਸੁੱਧ, ਇਹ ਪਹਿਲਾਂ ਤੋਂ ਆ ਕੇ ਲੱਗਾ ਹੋਇਆ ਹੈ। ਅੱਗ ਲੜਾ ਅਨਾਦ ਕਾਲ ਦਾ ਤੇ ਅੱਗ ਦੇ ਲੜਾ ਲਾਟ ਵੀ ਨਹੀਂ ਆਈ, ਇਹ ਮਾਇਆ ਦਾ ਮੋਹ ਆ ਕੇ ਲੱਗਾ ਹੋਇਆ ਹੈ। ਜਰਾ ਮਰਨ ਕਹੋ ਵਿਸਰ ਗਿਆ, ਇਸ ਮਾਇਆ ਦੇ ਮੋਹ ਦੇ ਤੇ ਅਨਾਦ ਕਾਲ ਦੇ ਆਏ ਤੇ ਜਰਾ ਬਢੇਪੇ ਦਾ ਭੈ ਭੁੱਲ ਗਿਆ ਹੈ ਤੇ ਮਰਨ ਦਾ ਭੈ ਭੁੱਲ ਗਿਆ ਹੈ। ਬਾਲਕਪਣੇ ਦਾ ਜਿਹੜਾ ਅੰਧ ਗੁਣ ਪਿੰਗਲ ਮਤ ਹੋਈਆਂ ਗਿਆਨੀ ਦੀ ਵਿਸ਼ਿਆਂ ਦੇ ਅਧੀਨ ਹੋ ਜਾਂਦਾ, ਇਹ ਭੈ ਨੂੰ ਭੁੱਲ ਗਿਆ ਹੈ। ਪਰਿਵਾਰ ਨੂੰ ਵੇਖ ਕੇ ਐਂ ਖੁਸ਼ ਹੁੰਦਾ ਜਿਵੇਂ ਕਮਲਾ ਆਦਮੀ ਇਹਨੇ ਹੱਸੀ ਜਾਂਦਾ, ਇਉਂ ਇਸਤਰੀ ਨੂੰ ਵੇਖ ਕੇ ਹੱਸੀ ਜਾਂਦਾ, ਜਿਵੇਂ ਕਮਲਾ ਆਦਮੀ ਦੇਖ ਦੇਖ ਕੇ ਹੱਸੀ ਜਾਵੇ, ਇਸ ਪ੍ਰਕਾਰ ਦੀ ਹਾਲਤ ਹੈ ਵੀ ਕਮਲਾ ਜਿਵੇਂ ਲਕਸ਼ਮੀ ਵਿਸ਼ਨੂੰ ਭਗਵਾਨ ਨੂੰ ਵੇਖ ਕੇ ਹੱਸਦੀ ਹੈ। ਐਂ ਜਿਵੇਂ ਕਿਸੇ ਭਾਵੇਂ ਵੱਡਾ ਹਾਕਮ ਬਣਿਆ ਹੋਵੇ ਉਹ ਘਰ ਵਾਲੀ ਦਾ ਸੇਵਕ ਬਣ ਕੇ ਰਹਿੰਦਾ, ਆਗਿਆਕਾਰ ਬਣ ਕੇ ਰਹਿੰਦਾ, ਜਿਵੇਂ ਕਮਲਾ ਲਕਸ਼ਮੀ ਵੇਖ ਕੇ ਵਿਸ਼ਨੂੰ ਖਿੜੀ ਸੀ, ਐਂ ਵਿਸ਼ਨੂੰ ਭਗਵਾਨ ਮੰਨ ਲੈਂਦੇ ਘਰ ਵਾਲੀਆਂ ਨੂੰ, ਤਾਂ ਉਹਨਾਂ ਦੇ ਬੂਟ ਚੱਕ ਚੱਕ ਕੇ ਵੀ ਮੋਟਰ 'ਚ ਲੱਗਣੇ ਹੋਏ ਤਾਂ ਆਪ ਰੱਖਦੇ ਹੈ। ਇਸ ਪ੍ਰਕਾਰ ਦੀ ਹਾਲਤ ਹੈ, ਇਸ ਪ੍ਰਕਾਰ ਕਮਲਾ ਲਕਸ਼ਮੀ ਵਾਂਗੂ ਵਿਸ਼ਨੂੰ ਦੀਆਂ ਸਮਝ ਕੇ ਕੁੰਡਾ ਮੈਨੂੰ ਵੇਖ ਕੇ ਬਾਹਲੇ ਖੁਸ਼ ਹੁੰਦੇ ਹੈ। ਅਤੇ ਕਮਲਾ ਕੌਰ ਜੀ ਨੇ ਸੂਰਜ ਨੂੰ ਵੇਖ ਕੇ ਖਿੜ ਜਾਂਦੇ ਹੈ, ਐਂ ਸੂਰਜ ਵਰਗਾ ਮੂੰਹ ਸਮਝ ਕੇ ਭਾਵੇਂ ਕਾਲਾ ਹੀ ਰੰਗ ਹੋਵੇ ਫਿਰ ਵੀ ਖਿੜੇ ਹੀ ਰਹਿੰਦੇ ਸਨ। ਇਕਦਮ ਦੇਖ ਦੇਖੇ ਕਮਲਾ ਜੀ, ਜਿਵੇਂ ਕਮਲਾ ਆਦਮੀ ਉਹਨੂੰ ਹੱਸੀ ਜਾਂਦਾ ਬਿਨਾਂ ਮਤਲਬ ਤੋਂ, ਕਿਉਂ ਪਰਿਵਾਰ ਨੂੰ ਵੇਖ ਕੇ ਹੱਸੀ ਜਾਂਦੇ ਹੈ, ਖੁਸ਼ ਹੁੰਦੇ ਹਨ। ਕਬਲਾਂ ਨੂੰ ਵੇਖ ਕੇ ਜਿਵੇਂ ਭੈਣੇ ਖੁਸ਼ ਹੁੰਦੇ ਆ, ਹਰ ਘਰ ਜੋ ਹੈ ਕੱਪ ਤੇ ਮਰਾ ਫਿਰ ਵੀ ਸੰਤੋਖ ਹੀ ਨਹੀਂ ਰਹਿੰਦਾ ਹੈ। ਜੇ ਆਪਣੇ ਇਸਤਰੀ ਦੇ 7 ਵਰਗ ਵਿੱਚ ਰਹੇ ਤਾਂ ਵੀ ਚੰਗਾ ਹੈ, ਫਿਰ ਵੀ ਐਸਾ ਕੱਪ ਕੋਈ ਸਲੀਆ ਆਦਮੀ ਹੈ, ਕਿਰਾਏ ਘਰਾਂ ਨੂੰ ਅਜੇ ਵੀ ਤਾੜ ਰਹੇ ਜਿਵੇਂ ਕਿਰਾਏ ਇਸਤਰੀ ਦੀ ਸੰਗਤ ਪ੍ਰਾਪਤ ਹੋ ਜਾਵੇ, ਐਸਾ ਵਿਗੜਿਆ ਹੋਇਆ ਜੀਵਨ ਹੈ, ਗਿਰਿਆ ਹੋਇਆ ਜੀਵਨ ਹੈ, ਜਿਵੇਂ ਗਲੀ ਦਾ ਸੁਭਾਅ ਹੈ, ਕਰਨਾ ਨੂੰ ਵੇਖਦੀ ਰਹਿੰਦੀ ਹੈ। ਕੱਪ ਤੋਂ ਮਰਾ ਕੱਪ ਦੀ ਸਹੀ ਆਦਮੀ ਐਸਾ ਛਲ ਕਰ ਰਿਹਾ ਹੈ ਕਿ ਮੇਰਾ ਪਤਾ ਮੈਂ ਲੱਗ ਜਾਵੇ ਕਿਰਾਏ ਘਰ ਨੂੰ ਤੱਕ ਲਵਾਂ। ਦੂੜਾ ਆਏ ਜਮ ਹੈ ਤਣਾ, ਭਗਤ ਤ੍ਰਿਲੋਚਨ ਜੀ ਕਹਿੰਦੇ ਦੂੜਾ ਆਇਓ ਜਮੇ ਤਣਾ, ਇਹ ਦੌੜ ਕੇ ਆ ਰਿਹਾ ਜਮਦਾ ਤਣਾ ਪੁੱਤਰ, ਦੂੜਾ ਜਿਹੜਾ ਧੌਣਾ ਆ ਗਿਆ ਨਾ ਪੁੜਕੜੀ ਕੋਲ। ਪਿਛਲੇ ਜਿਹੜੇ ਰਾਜੇ ਹੁੰਦੇ ਸੀ, ਜਦੋਂ ਪੁੜਕੜੀ ਕੋਲ ਧੌਣਾ ਆ ਗਏ ਉਹਨੂੰ ਆਪਦੇ ਪੁੱਤਰਾਂ ਨੂੰ ਰਾਜ ਦੇ ਕੇ ਜਾ ਕੇ ਤਪ ਕਰਨ ਲੱਗ ਜਾਂਦੇ ਸੀ। ਇਸੇ ਪ੍ਰਕਾਰ ਕਹਿੰਦੇ ਦੂੜਾ ਧੌਣਾ ਜਿਵੇਂ ਦਸ਼ਰਥ ਦੇ ਆ ਗਿਆ ਸੀ, ਰਾਮ ਚੰਦਰ ਨੂੰ ਰਾਜ ਦੇਣ ਲੱਗਾ ਸੀ, ਉਹ ਕਚੋਰੀ ਨੇ ਭਰਸ਼ਨੋਂ ਦੁਆਤਾ ਸੀ, ਰਾਮ ਚੰਦਰ ਨੂੰ 14 ਸਾਲ ਬਣੇ ਰਾਜ ਦੁਆਤਾ ਸੀ। ਇਸ ਪ੍ਰਕਾਰ ਫਰਮਾਉਂਦੇ ਹਨ ਇਹ ਦੂੜਾ ਜਿਹੜਾ ਧੌਣਾ ਆ ਗਿਆ ਇਹ ਭਾਈ ਜਮ ਦਾ ਪੁੱਤਰ ਹੈ, ਇਹ ਜਾਂਦਾ ਸੁਨੇਹਾ ਸੁਨੇਹੇਗਾ, ਇਹ ਦੂੜਾ ਦੌੜ ਕੇ ਜਿਹੜਾ ਆਇਆ ਹੈ, ਦੂੜਾ ਨਾ ਸੁਨੇਹੇਗਾ ਹੈ, ਦੂੜਾ ਨਾ ਤੋੜੇ ਦਾ ਹੈ। ਦੋ ਆਦਮੀਆਂ ਨੂੰ ਮਿਲ ਕੇ ਆਉਣਾ, ਦੋ ਤਿੰਨ ਚੌਨ ਮਿਲ ਕੇ ਆਉਣਾ ਧਾੜ ਹੁੰਦੀ ਹੈ, ਬਾਹਰ ਮਿਲ ਕੇ ਆਉਣਾ ਫੌਜ ਹੁੰਦੀ ਹੈ, ਦੋ ਚੌਨ ਆਉਣਾ ਇਹ ਸਾਧ ਸਿੰਘ ਜੀ ਇਹ ਦੂੜਾ ਇਹਨੂੰ ਕਹਿੰਦੇ ਹੈ। ਇਸ ਪ੍ਰਕਾਰ ਇਹ ਜਿਹੜੇ ਧੌਣੇ ਆ ਗਏ ਹੈ ਇਹ ਜਾਣ ਦੇ ਪੁੱਤਰ ਹੈ, ਇਹ ਮੌਤ ਨੂੰ ਚੇਤੇ ਕਰਾਉਣ ਵਾਸਤੇ ਵੀ ਤਗੜਾ ਹੋ ਗਿਆ, ਹੁਣ ਤੇਰੇ ਸਿਰ 'ਤੇ ਮੌਤ ਆਈ,
ਕਿਉਂ ਦੌੜ ਕੇ ਆ ਰਿਹਾ? ਜਮਦਾ ਪਾਉਣ ਵੱਲ ਨਾ ਆ ਜਾਣ ਆ ਰਿਹਾ, ਪਕੜ ਕੇ ਲੈ ਜਾਏਗਾ। ਇਸ ਪ੍ਰਕਾਰ ਜਮਦਾ ਪਿਆਰ ਹੈ ਉਸ ਦੇਹ ਦੇ ਨਾਲ, ਜਿਹਦੇ ਘਰੇ ਆ ਜਾਂਦੇ ਹੈ ਕਿ ਹੁਣ ਇਹਨੂੰ ਪਕੜ ਕੇ ਲੈ ਜਾਣਾ ਮੈਂ। ਜੂੜਾ ਆਇਆ ਹੋ, ਇਹ ਧੌੜਾ ਆਇਆ ਨਾ ਸਮਝਣ ਕਰ, ਜਮੇ ਤਣਾ ਜਿਹੜਾ ਜਮ ਹੈ ਨਾ ਪਾਉਣ ਵਾਲਾ ਬਲ ਵਾਲਾ ਉਹ ਆਇਆ ਸਮਝ। ਇਸ ਪ੍ਰਕਾਰ ਕਰ ਵਿਰਾਗ ਕਰ ਜਿਹਦੇ ਵਿੱਚ ਕਿ ਦੇਹ ਮੇਰੀ ਰਹਿਣੀ ਨਹੀਂ, ਮੈਂ ਛੱਡ ਕੇ ਚਲੇ ਜਾਣਾ ਹੈ। ਜੂੜਾ ਤੋੜੇ ਵੀ ਨਹੀਂ ਆਈ, ਦੌੜ ਕੇ ਆਇਆ ਹੈ। ਤੈਨੂੰ ਅੱਗ ਲੜਾ ਮੈਂ, ਰਹਿਣ ਨਾ ਜਾ। ਜਮਦੂਤ ਜਦੋਂ ਆਉਣਗੇ ਨਾ, ਤੈਨੂੰ ਅੱਗ ਲੜਾ ਮੈਂ, ਅੱਗਰ ਭਾਵ ਨੇ ਰਹਿਣਾ ਨਹੀਂ ਜਾਵੇਗਾ ਕਿਸੇ ਵੀ ਪਾਸੋਂ। ਜਦੋਂ ਜਮ ਲੈਣ ਵਾਸਤੇ ਆ ਗਏ ਉਦੋਂ ਅੰਤ ਮਰੇ ਪਛਤਾਵ ਪਿਰਸੀ ਪਰ ਜੋ ਜਗਵੇ ਅਵਤਾਰ ਕਹਾਏ। ਰੇਵਣ ਲੈ ਲੈ ਕੇ ਨਹੀਂ ਕਾਲ ਕੇ ਨਾਗ ਬਕਾਹੇ ਨੇ ਕਾਇਮ ਕਹਾਏ। ਸਾਰਿਆਂ ਨੂੰ ਕਰਨਾ ਪਵੇਗਾ ਆਪਣ ਵਾਰੀ, ਸਭ ਸੇ ਆਇਆ ਪੱਕੀ ਖੇਤੀ ਲੈਣੀ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਸਕੇ ਵੀ ਪੁਰਾਣਾ ਤੋਂ ਸਹਿ ਮਨੋ ਵਿਸਾਰੀ ਹੈ, ਆਪਣੇ ਹੱਥੀਂ ਆਪਣਾ ਆਪੇ ਹੀ ਕਾਲ ਸਵਾਰੀ ਗਈ ਹੈ। ਜਮਾਂ ਦੇ ਅੱਗਰ ਭਾਵ ਨੂੰ ਅਸੀਂ ਕਹਿੰਦੇ ਹਾਂ ਕਿਸੇ ਤੋਂ ਰਿਹਾ ਨਹੀਂ ਜਾਣਾ। ਸਾਹਿਬ ਸਿੰਘ ਜੀ ਇੱਕ ਆਦਮੀ ਸੀ, ਸੌਂਚੀ ਪੱਕੀ ਖੇਡਦੇ ਸੀ ਸੰਤ ਜੱਬੋ ਵਾਲੀ ਗੁਰਵੰਤ ਸਿੰਘ। ਇਹ ਮਾਝੇ ਵਿੱਚ ਖੇਡ ਕਰਾਇਆ ਕਰਦੇ, ਬਾਬੇ ਬਕਾਲੇ ਤੋਂ ਚਾਰ ਪੰਜ ਮੀਲ ਤੇ ਸਥਾਨ ਉਹਨਾਂ ਦਾ। ਉੱਥੇ ਲੋਕ ਆ ਕੇ ਖੇਡਾਂ ਕਰਿਆ ਕਰਦੇ, ਮੱਸਿਆ ਨੂੰ ਆ ਕੇ ਇਕੱਠੇ ਹੋਇਆ ਕਰਦੇ। ਇੱਕ ਸੌਂਚੀ ਪੱਕੀ ਖੇਡਣ ਵਾਲਾ ਸੀ, ਕਹਿੰਦਾ ਮੈਂ ਤਾਂ ਚਿਖਾ ਚੋਂ ਵੀ ਪੈ ਕੇ ਨਿਕਲੇ, ਪਿਆ ਨਹੀਂ ਕਹਿੰਦਾ ਨਿਕਲ ਗਈ। ਇਹ ਜਦੋਂ ਕਹਿੰਦੇ ਨੇ ਹੰਕਾਰ ਨਾਲ ਗਿਰਾ ਚੜ ਕੇ ਉਸੇ ਵੇਲੇ ਡਿੱਗ ਪਿਆ, ਡਿੱਗ ਕੇ ਬਾਂਹ ਟੁੱਟਦੀ ਉੱਥੇ ਹੀ ਨਾ। ਕਹਿੰਦੇ ਸੰਤ ਕੀ ਗੱਲ ਹੋ ਗਈ ਕਿ ਤੂੰ ਤਾਂ ਕਹਿੰਦਾ ਮੈਂ ਚਿਖਾ ਚੋਂ ਨਹੀਂ ਪਿਆ ਰਹਿਣਾ, ਜਮਾਂ ਦੇ ਹੱਥ ਨਹੀਂ ਆਇਆ, ਹੁਣ ਤੂੰ ਉੱਠ ਹੀ ਨਹੀਂ ਸਕਦਾ। ਅਸੀਂ ਵੀ ਹਾਲਤ ਹੋ ਜਾਂਦੀ ਹੈ ਜਦੋਂ ਆ ਜਾਂਦਾ ਨਾ ਅੰਤ ਦਾ ਸਮਾਂ। ਕਹਿੰਦਾ ਵੀ ਅੱਗੇ ਭਾਵ ਕੋਈ ਰਿਹਾ ਨਹੀਂ ਜਾਣਾ ਹੈ। ਕੋਈ ਸਾਜਣ ਆਏ ਕਹੇ, ਕੋਈ ਜੇ ਸੱਜਣ ਹੋਵੇ, ਕੋਈ ਜਿਹੜਾ ਵਿਰਾਗ ਵਾਲਾ ਹੋਵੇ, ਕੋਈ ਸੱਜਣਾ ਕਹਿੰਦਾ ਪਰਮੇਸ਼ਰ ਦਾ ਪਿਆਰਾ ਹੋਵੇ, ਉਹ ਕੋਈ ਆ ਕੇ ਦੱਸੇ ਸਾਨੂੰ ਮਿਲ ਮੇਰੇ ਦੀਖਲਾ ਲੈ ਬਾਹੜੀ ਵਾਲਾ। ਉਹ ਸਾਨੂੰ ਆ ਕੇ ਕਹੇ ਮਿਲ ਭਾਈ ਮੇਰੇ ਦੀਖਲ ਦੇ ਨਾਲ, ਮੇਰਾ ਦੀ ਨਾ ਉਤਪੱਤੀ ਕਰਨ ਵਾਲਾ, ਖਾਇਸ਼ੀ ਕਰਨ ਵਾਲਾ, ਨਾ ਲਹਿਤਾ ਕਰਨ ਵਾਲਾ। ਜੇ ਭਗਤ ਪੰਡਰੀਕ ਨੇ ਭਗਤੀ ਕਰਦੇ ਹੋਇਆ ਮਹਾਰਾਜ ਨੂੰ ਇੱਕ ਰੱਖੀ ਸੀ, ਸਿਰਾਣੀਆਂ ਨੂੰ ਭਗਤੀ ਕਰਦੇ ਨੇ। ਜਦੋਂ ਮਹਾਰਾਜ ਨੇ ਦਰਸ਼ਨ ਕੇ ਸਰਵੇ ਸ਼੍ਰੀ ਧਾਰ ਕੇ ਇਸ ਨੂੰ ਇੱਕ ਭਗਵਾਨ ਦੇਖਣ ਵਿੱਚ ਇੱਕ ਦਾ ਨਾਂ ਦੀਸ ਹੈ, ਅਤੇ ਨਾ ਲੈਣ ਦਾ ਜਿਹੜਾ ਭਗਤ ਦੀ ਦਿੱਤੀ ਅੰਗੀਕਾਰ ਕਰ ਲਈ ਇੱਕ ਉਹ ਨਾ ਦੂਸਰੀ ਨਾ ਭਗਵਾਨ ਦਾ ਪਿਆ। ਦੋਨਾਂ ਸ਼ਾਸਤਰਾਂ ਵਿੱਚ ਹੈ ਨਹੀਂ, ਇਹ ਭਗਤ ਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਇਸ ਪ੍ਰਕਾਰ ਭਗਤ ਪ੍ਰਲੋਚਨ ਦੀ ਰਚਨਾ ਦੁਆਰਾ ਪਹਿਲੀ ਵਾਰ ਉਚਾਰਿਆ ਹੈ। ਉਹ ਕਹਿੰਦੇ ਹਨ ਇੱਕ ਕੋਸ਼ ਰੱਖ ਦੇ ਅੱਖਰ ਅਨੁਸਾਰ ਬੀ ਨਾ ਉਤਪੱਤੀ ਦਾ, ਥਾ ਨਾ ਸੀਗਾ, ਲਾ ਨਾ ਲੈਟਾ ਦਾ। ਉਤਪੱਤੀ ਪਾਲਣਾ ਕਰਨ ਵਾਲਾ ਭਗਤ ਦੀ ਪ੍ਰੇਮ ਨਾਲ ਇੱਕ ਦਿੱਤੀ ਹੋਈ ਲੈ ਕੇ ਇਸ਼ਟ ਹੋਣ ਵਾਲਾ, ਫਿਰ ਮੇਰੇ ਬੀਠਲ ਮੈਂ ਬਾਹੜੀ ਵਾਲਾ, ਮੈਨੂੰ ਬਾਹੜੀ ਨਾਲ ਗਲੱਬਰੀ ਵਿੱਚ ਲੈ ਕੇ ਵੱਲਣਾ, ਮੈਨੂੰ ਜੰਮ ਤੋਂ ਬਚਾ ਸਕੇ ਪਾਤਸ਼ਾਹ, ਆਪ ਤੋਂ ਬਿਨਾਂ ਹੋਰ ਕੋਈ ਮੇਰਾ ਰਾਖਾ ਨਹੀਂ ਹੋਵੇਗਾ, ਆਪ ਬਿਨਾਂ ਕੌਣ ਬਚਾ ਸਕਦਾ ਹੈ। ਇਸੇ ਪ੍ਰਕਾਰ ਜੇ ਕੋਈ ਸੱਜਣ ਹੋਵੇ ਭਾਈ ਪਰਮੇਸ਼ੁਰ ਦਾ ਪਿਆਰਾ, ਉਹ ਕੋਈ ਆ ਕੇ ਮੈਨੂੰ ਕਹੇ ਅਤੇ ਮਿਲ ਮੇਰੇ ਦੂਸਰੇ ਪਰਮੇਸ਼ੁਰ ਦੇ ਨਾਲ, ਜਾਂ ਗਲੱਪੜੀ ਲੈ ਕੇ ਬਲ ਮਹਾਰਾਜ ਸਾਹਿਬ ਜੀ ਦੇ ਸਾਨੂੰ ਪ੍ਰੀਤ ਰੂਪੀ ਗਲੱਪੜੀ ਪਾ ਕੇ, ਬਿਰਤੀ ਨੂੰ ਬਾਂਹ ਬਹਾ ਨੂੰ ਅਤੇ ਬੁੱਧੀ ਰੂਪ ਭੂਜਾ ਨੂੰ ਪਸਾਰ ਕੇ ਗਲੱਪੜੀ ਪਾ ਕੇ ਮੇਰੇ ਵਾਹਿਗੁਰੂ ਨਾਲ ਮਿਲ, ਅਤੇ ਵਾਹਿਗੁਰੂ ਅੱਗੇ ਅਰਦਾਸ ਕਰੇ ਮੈਨੂੰ ਮਿਲਾ ਮਹਾਰਾਜ ਦੀ ਕਿਰਪਾ ਰੂਪੀ ਭੂਜਾ ਦੇ ਨਾਲ ਗਲੱਪੜੀ ਪਾ ਕੇ ਮਿਲ ਮੇਰੇ ਰਮਈਆ ਨਾ ਲੋਹੇ ਛਡਾ। ਫਿਰ ਮੇਰਾ ਰਮੇ ਹੋਏ ਪਰਮੇਸ਼ੁਰ ਮੈਨੂੰ ਮਿਲ ਸਕੇ, ਕਿਰਪਾ ਕਰ ਮਹਾਰਾਜ ਮੈਨੂੰ ਛੁਡਾ ਲੈ, ਆਪ ਬਿਨਾਂ ਕੋਈ ਛੁਡਾਉਣ ਵਾਲਾ ਨਹੀਂ ਹੈ। ਰਹਾਉ ਅਣਕ ਅਣਕ ਸੁਹੇਜ ਰਾਗ ਵਿਸਰੇ ਪ੍ਰਾਣ। ਜਿਹੜੇ ਪ੍ਰਾਣੀ ਸੀ ਜੀਵ ਅਨੇਕਾਂ ਭੋਗਾਂ ਵਿੱਚ ਵਾਹਿਗੁਰੂ ਦੇ ਵਿਸਰ ਚੁੱਕੇ, ਅਨੇਕ ਪ੍ਰਕਾਰ ਦੇ ਭੋਗਾਂ ਵਿੱਚ, ਅਨੇਕਾਂ ਰਾਜ ਸਾਲ ਦੇ ਪ੍ਰਾਣੀ ਰਾਜਾਂ ਦੇ ਵਿੱਚ ਭੁੱਲ ਕੇ ਭੋਗਾਂ ਦੇ ਭੋਗਣ ਵਿੱਚ, ਅਨੇਕਾਂ ਪ੍ਰਾਣੀ ਅਨੇਕਾਂ ਭੋਗਾਂ ਨੂੰ ਭੋਗਣ ਵਿੱਚ ਵਿਸਰ ਗਏ, ਵਾਹਿਗੁਰੂ ਨੂੰ ਭੁਲਾ ਦਿੱਤਾ ਹੈ ਅਤੇ ਵਿਸਰ ਚੁੱਕੇ ਹੈ ਮਹਾਰਾਜ ਵੱਲੋਂ। ਸੰਸਾਰ ਸਾਗਰ ਤਾਂ ਅਮਰ ਭਇਆ, ਐਸੇ ਕਮਲੇ ਆ ਸਮਝੇ ਅਸੀਂ ਸੰਸਾਰ ਸਮਝੇ ਅਮਰ ਹੋ ਚੁੱਕੇ ਹਾਂ, ਅਸੀਂ ਮਰਨਾ ਹੀ ਨਹੀਂ ਕਦੇ, ਉਹ ਸਮਝ ਬੈਠੇ ਹਨ। ਮਾਇਆ ਮੁਖਾ ਤੇ ਕੁਛ ਨਾਹੀ, ਪ੍ਰਲੋਚਨ ਭਗਤ ਜੀ ਕਹਿੰਦੇ ਨੇ ਹੇ ਮਾਇਆ ਦੇ ਲੁੱਟਿਆ ਹੋਇਆ ਪੁਰਖਾ, ਤੂੰ ਮੌਤ ਦਾ ਸਮਾਂ ਕਦੇ ਚੇਤੇ ਨਹੀਂ ਕਰਦਾ ਹੈ। ਮਹਾਰਾਜ ਦੇ ਭਜਨ ਕਰਨ ਵੱਲੋਂ ਆਪਦਾ ਜਨਮ ਹੀ ਗਵਾ ਲਿਆ ਵਿਰਥ, ਹੋਰ ਪਾਸੇ ਸਾਰੀ ਬਾਹ ਅਨੇਕ ਪ੍ਰਕਾਰ ਦੇ ਯਤਨ ਕਰਦਾ ਰਹਿੰਦਾ, ਮਹਾਰਾਜ ਦੇ ਭਜਨ ਕਰਨ ਵੇਲੇ ਆਸ ਕਰਦਾ, ਸਿਮਰਨ ਵੇਲੇ ਹਰ ਸਿਮਰਤੀ ਵੇਲਾ ਬੱਜੇ ਸਿਰ ਪਰੇ, ਬਿਜਲੀ ਜਿਵੇਂ ਪਵੇ ਕਿਸੇ ਦੇ ਸਿਰ ਦੇ ਉੱਤੇ
ਸੱਤਾਂ ਭਾਗਾਂ ਦਾ ਪੱਥਰ ਪਵੇਗੀ ਨਹੀਂ। ਇਸ ਪ੍ਰਕਾਰ ਪਰਮੇਸ਼ੁਰ ਦੇ ਭਜਨ ਤੇ ਨੀਰ ਸਿਰਲੇਖ ਤੇ ਗਰਕਦੀ ਰਹਿੰਦੀ ਹੈ। ਮਹਾਰਾਜ ਦੇ ਭਜਨ ਦੇ ਝੱਟ ਹੀ ਲੁਟਕ ਜਾਂਦੇ ਨੇ, ਮੌਤ ਆਈ ਹੁੰਦੀ ਹੈ। ਇਹੋ ਜਿਹੀ ਹਾਲਤ ਹੈ ਤੇਰੀ। ਦੇਖੋ ਤੂੰ ਮਾਇਆ ਮਿਠਾ ਚੇਤ ਨਾਹੀ, ਮਾਇਆ ਜਿਹਾ ਲੁਟਿਆ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ ਹੈ। ਕਰਦਾ ਮਹਾਰਾਜ ਦੇ ਭਜਨ ਕਰਨ ਵੱਲੋਂ ਮੈਂ ਥੋੜੀ ਉਮਰ ਆ ਵੀ ਕਰ ਲਾਂਗੇ, ਕੀ ਪਤਾ ਕਿਆ ਜਾਣੇ ਅੰਤ ਕੇ ਹੀ ਸਾਸ ਮਤ ਹੋ ਆਸੀਆ ਗੁਲਗਰੀਆ ਤਾਂ ਆਉਦਾ ਜਨਮ ਹੀ ਦਰਸ ਆ ਲਿਆ। ਦੇਖੋ ਧੂਰ ਪੰਥ ਚਾਲਣਾ ਪ੍ਰਾਣੀ ਜੀ, ਬੜਾ ਕਠਿਨ ਹੈ ਜਾ ਮਾਰਗ, ਧੂਰ ਬੜਾ ਭਿਆਨਕ ਹੈ। ਪਹਾੜਾਂ ਦੀ ਉੱਚੇ ਨੀ ਸਰਦਾਰ ਪਹਾੜ ਹੋਣਗੇ, ਦਹ ਕਰਨੀ ਨਦੀ ਹੈ, 10,000 ਗੋਦਨ ਵਿੱਚ ਅੱਗ ਹੀ ਅੱਗ ਮਚ ਰਹੀ ਹੈ, ਉਹਦੇ ਲਈ ਵੀ ਧੋ ਕੇ ਲਿਜਾਣਗੇ ਜਾਵਾਂ। ਅਤੇ ਇਸ ਪ੍ਰਕਾਰ ਸੂਰ ਠੰਡੇ ਧਾਰ ਗਲੀ, ਠੰਡੇ ਦੀ ਧਾਰ ਵਰਗੀ ਗਲੀ ਅਤਿਅੰਤ ਝੂੜੀ ਹੈ, ਉਹਦੇ ਵਿੱਚ ਵੀ ਲਿਜਾਇਆ ਜਾਵੇਗਾ। ਇਸ ਪ੍ਰਕਾਰ ਕੁੰਡੀ ਨਰਕਾਦਕਾਂ 'ਚ ਪਾਇਆ ਜਾਵੇਗਾ, ਇਸੇ ਪ੍ਰਕਾਰ ਸਵਰਮੁਖ ਨਰਕਾਦਕਾਂ 'ਚ ਪਾਇਆ ਜਾਵੇਗਾ। ਬੇਅੰਤ ਕਲੇਸ਼ ਹੋਣਗੇ, ਦੁੱਖ ਹੋਣਗੇ, ਇਸ ਪ੍ਰਕਾਰ ਦੀ ਕੋਈ ਹਾਲਤ ਹੋਵੇਗੀ। ਰਸਤਾ ਪਹਾੜਾਂ ਦਾ ਚੜ੍ਹਨਾ ਅਤੇ ਹੋਰ ਭਿਆਨਕ ਹੈ ਪ੍ਰਾਣੀਆਂ, ਜਿਹੜੇ ਮਾਰਗ ਪਰਲੋਕ ਨੂੰ ਜਾਣਾ ਚਾਹੇ ਇਹ ਮਾਰਗ ਜਨੇ ਜਾਹ ਨਾ ਕੋਸ਼ਾ, ਜਿਸ ਕਹਿੰਦੇ ਦੇ ਰਾਹ ਜਨੇ ਨਹੀਂ ਜਾਂਦੇ। 86,000 ਗੋਦਨ ਮਾਪ ਲੋਕ ਤੋਂ ਉਹ ਮੰਨਿਆ ਹੈ ਪੁਰਾਣਾਂ ਵਿੱਚ, ਗੱਲ ਪੁਰਾਣ 'ਚ ਲਿਖਿਆ ਹੋਇਆ ਹੈ। ਉਹਦੇ 'ਚੋਂ ਦੇਖ ਲਓ ਉਸ ਪ੍ਰਾਣੀ ਦੇ ਤਾਂ ਕਿੰਨਾ ਹਮੇਸ਼ਾ ਲਿਜਾਇਆ ਜਾਂਦਾ ਹੈ, ਇਹ ਉਹਨੂੰ ਪਹੁੰਚਾਇਆ ਜਾਂਦਾ ਹੈ। ਕਈ ਤਾਂ ਕਹਿੰਦੇ ਸਾਲ 'ਚ ਉਸ ਨੂੰ ਬੰਦੇ ਨੂੰ ਉੱਥੇ ਪਹੁੰਚਾਉਂਦੇ ਹੈ, ਸਾਲ ਮਗਰੋਂ ਤਾਂ ਸਲਾਦ ਕਰਦੇ ਹੈ, ਬਰਸੀ ਮਨਾਉਂਦੇ ਹੈ। ਪਰ ਰੋਹ ਵਿਚਾਰ ਬੜਾ ਕਠਿਨ ਧਿਆਨ ਰਸਤਾ ਤੈਨੂੰ ਇਹ ਪ੍ਰਾਣੀਆਂ ਜਿਸ ਰਸਤੇ ਲਿਜਾਣਾ ਹੈ ਜਾਂ ਮਾਰਗ ਦੇ। ਦੇਖੋ ਕਠਿਨ ਹੈ ਪੰਜਾਂ ਕੋਸ਼ਾਂ ਦਾ ਲੰਘਣਾ, ਇੱਕ ਹੋਰ ਭਿਆਨਕ ਹੈ ਕਾਮ ਕਰੋ ਰਾਜਾਂ ਦਾ ਲੰਘਣਾ, ਰਸਤਾ ਬੇਅੰਤ ਹੈ ਮਾਰਗ ਦੁਖਦਾਇਕ ਮੌਤ ਦਾ ਹੈ ਪ੍ਰਾਣੀਆਂ। ਨਾ ਸੂਰਜ ਉੱਥੇ ਰੋਸ਼ਨੀ ਕਰੂਗਾ ਤੇ ਨਾ ਉੱਥੇ ਚੰਦਰਮਾ ਦੀ ਰੋਸ਼ਨੀ ਹੋਣੀ ਹੈ। ਜੇ 12 ਸੂਰਜ ਚੜ੍ਹ ਜਾਣ ਤਾਂ ਵੀ ਕਾਲੇ ਚੁੱਪ ਹੋ ਜਾਣਗੇ, ਕਾਲੇ ਪਵੇ ਅਰਗ ਹੋ ਜਾਣਗੇ। ਤੇ ਸੂਰਜ ਚੰਦਰਮਾ ਦੀ ਚੱਕੀ ਰੋਸ਼ਨੀ ਪੁੱਜਣੀ ਹੈ, ਉੱਥੇ ਪ੍ਰਵੇਸ਼ ਨਹੀਂ ਹੋ ਸਕਦਾ। ਛੇ ਮਹੀਨੇ ਜਿਵੇਂ ਰਾਤ ਆਪਣੇ ਮੁਲਕਾਂ ਵਿੱਚ ਹੈ, 6 ਮਹੀਨੇ ਦਿਨ ਹੈ, ਇਸੇ ਪ੍ਰਕਾਰ ਲੋਕ ਕਹਿੰਦੇ ਆ 9 ਪੋਹ ਤੋਂ ਲੈ ਕੇ 9 ਹਾਰ ਤੱਕ ਤਾਂ ਚਾਨਣ ਹੁੰਦਾ ਹੈ ਜਿਹੜਾ ਮਰੇ ਆਦਮੀ, ਅਤੇ ਜਿਹੜਾ 9 ਹਾਰ ਤੋਂ ਲੈ ਕੇ 9 ਪੋਹ ਤੱਕ ਮਰੇ ਉਹ ਕਹਿੰਦਾ ਨੇਰ ਰਾਹ 'ਚ ਜਾਂਦਾ। ਇਹਦੀਆਂ ਗੱਲਾਂ ਪੁਰਾਣਿਆਂ 'ਚ ਲਿਖੀਆਂ ਹੋਈਆਂ। ਰੋਹ ਵਿਚਾਰ ਮਹਾਰਾਜ ਕਹਿੰਦੇ ਸੂਰਜ ਤੇ ਚੰਦਰਮਾ ਦਾ ਉੱਥੇ ਪ੍ਰਵੇਸ਼ ਨਹੀਂ ਹੈ, ਉਹ ਚਾਨਣੀ ਨਹੀਂ ਕਰ ਸਕਦੇ ਉੱਥੇ। ਮਾਹ ਤਬ ਵਿਛੜ ਗਿਆ, ਉਹ ਜੀਵ ਮਾਇਆ ਦੇ ਮੋਹ ਵਿੱਚ ਤੂੰ ਉਦੋਂ ਹੁਣ ਲੱਗਾ ਹੋਇਆ, ਉਦੋਂ ਤਾਂ ਭੁੱਲ ਹੀ ਜਾਊ ਨਾ ਮਾਇਆ ਦਾ ਮੋਹ, ਹੁਣ ਤਾਂ ਮਾਇਆ ਦਾ ਮੋਹ ਛੱਡਦਾ ਨਹੀਂ ਹੈ। ਥੋੜ੍ਹੀ ਥੋੜ੍ਹੀ ਚੀਜ਼ ਵਾਸਤੇ ਲਾਲਚ ਕਰਦਾ ਰਹਿੰਦਾ ਹੈ ਕਿ ਜਾਵੇ ਨਾ ਮੇਰੇ ਹੱਥੋਂ ਪੈਸਾ ਆਇਆ ਹੋਇਆ। ਇਸ ਪ੍ਰਕਾਰ ਮਾਇਆ ਮੋਹ ਤਬ ਵਿਛੜ ਗਿਆ, ਉਦੋਂ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਨੇ, ਦੁਨੀਆਂ ਨੂੰ ਤਾਂ ਵਿਛੜ ਗਿਆ ਨਾ ਤੂੰ। ਇਹ ਮਾਇਆ ਸਾਂਭਦੀ ਤੈਨੂੰ ਤਿਲਕੇ ਤੋੜ ਕੇ ਕਹਿਣਗੇ ਜਿੱਤਰ ਆ ਤੱਤਰ ਦੱਸ ਤੂੰ, ਇਸ ਤਰ੍ਹਾਂ ਮਾਇਆ ਦਾ ਮੋਹ ਉਦੋਂ ਵਿਛੜ ਜਾਊ ਤੈਨੂੰ, ਉਦੋਂ ਮਰੇ ਤਾਂ ਕੀ ਵਿਛੜਨਾ। ਮਾਇਆ ਦੇ ਮੋਹ ਜਾਂ ਸੱਪ ਬਣੇਗਾ ਕਿਤੇ, ਅਤੇ ਜਾਂ ਮਾਇਆ ਦਾ ਮੋਹ ਆਇਆ ਕਿਸੇ ਹੋਰ ਦਾ ਜੀਵਨਾ ਵੀ ਧੋਂਦਾ ਫਿਰੇਗਾ, ਕਿਉਂ ਮਾਇਆ ਦਾ ਮੋਹ ਉਦੋਂ ਨਹੀਂ ਵਿਛੜਨਾ। ਉਦੋਂ ਦਾ ਬਈ ਮਾਇਆ ਦੇ ਮੋਹ 'ਚ ਪੈ ਕੇ ਤੂੰ ਵਿਛੜ ਹੀ ਜਾਵੇਗਾ ਮਹਾਰਾਜ ਤੋਂ। ਸੰਸਾਰ ਜਦੋਂ ਸੰਸਾਰ ਛੱਡ ਗਿਆ ਉਦੋਂ ਮਾਇਆ ਦਾ ਮੋਹ ਕਦੋਂ ਭੁੱਲੂਗਾ ਨਹੀਂ ਭੁੱਲਣਾ। ਉਹ ਵਾਸਨਾ ਕਹਿੰਦਾ ਜਨਮ ਧਾਰ ਜੀ ਤਾਂ ਲੈਣੇ ਹੈ, ਉਹਨਾਂ ਦੇ ਘਰ ਜਨਮ ਕੇ ਮੁੰਡਾ ਜਨਮ ਕੇ ਜਾਂ ਦਾਨ ਕਰਾ ਲੈਂਦਾ ਜਾਂ ਜਿਹਨੂੰ ਦਿਨੇ ਹੈ ਉਹਨਾਂ ਦਾ ਬਲਬ ਬਣ ਕੇ ਬਣਦਾ ਫਿਰੂੰਗਾ। ਆਜ ਮੇਰਾ ਮਨ ਪ੍ਰਗਟ ਭਇਆ ਹੈ, ਕਹਿੰਦੇ ਅੱਜ ਸਾਡੇ ਮਨ 'ਚ ਗੱਲ ਪ੍ਰਗਟ ਹੋ ਗਈ ਹੈ। ਧਰਮ ਰਾਜ ਭਾਈ ਸਾਹਿਬ ਸਿੰਘ ਜੀ ਮੁੰਡਾ ਕੋਈ ਬਾਹਲਾ ਦੌੜਿਆ ਹੋਇਆ ਹੋਵੇ, ਉਸ ਮੁੰਡੇ ਜਿਹੜੇ ਨੂੰ ਪੰਚਾਇਤ 'ਚ ਲੈ ਜਾਈਦਾ। ਪੰਚਾਇਤ 'ਚ ਲਿਜਾ ਕੇ ਮਾਪੇ ਕਹਿੰਦੇ ਸਾਨੂੰ ਪਤਾ ਲੱਗਾ ਵੀ ਅੱਜ ਤੂੰ ਹੁਣ ਜੇ ਯਾਤਰਾ ਜ਼ਰੂਰ ਕਰੂੰਗਾ, ਤੂੰ ਜ਼ਰੂਰ ਕੈਦੀ ਹੋਵੇਗਾ, ਤੂੰ ਪਾਤਸ਼ਾਹ ਵੀ ਕੈਦ 'ਚ ਪੈ ਕੇ ਉੱਥੇ ਕੈਦਖਾਨੇ 'ਚ ਲੜੇਗਾ, ਮੈਨੂੰ ਪਤਾ ਹੈ। ਇਸੇ ਪ੍ਰਕਾਰ ਭਗਤ ਲੋਚਨ ਵੀ ਕਹਿੰਦੇ ਹਨ, ਆਜ ਮੇਰਾ ਮਨ ਪ੍ਰਗਟ ਭਾਜੀ ਮਨੁੱਖਾ ਜਨ ਨੂੰ ਪਾ ਕੇ ਸਾਡੇ ਮਨ 'ਚ ਗੱਲ ਪ੍ਰਗਟ ਹੋ ਗਈ, ਸਹੀ ਹੋ ਗਈ ਹੈ। ਧਰਮਰਾਜ ਦੇ ਦਰਸ਼ਨ ਜ਼ਰੂਰ ਦੇਖੂੰਗਾ, ਉਹ ਜਿਹੜਾ ਧਰਮਰਾਜ ਦਾ ਭਿਆਨਕ ਹੈ ਉਹਦੇ ਦਰਸ਼ਨ ਤੈਨੂੰ ਕਰਨੇ ਪੈਣਗੇ। ਕਰਨੇ ਮਹਾਬਲੀ ਉੱਥੇ ਕਹਿੰਦੇ ਮੈਂ ਧਰਮਰਾਜ ਤੋਂ ਬਚ ਜਾਵਾਂਗਾ, ਉੱਥੇ ਕਰ ਗੱਲ ਕਰਨ ਜਿਹੜੇ ਸਰ ਸਿੰਘ ਜੀ ਹੱਥਾਂ ਦੇ ਨਾਲ ਕਰਨ ਉਹ ਹਾਥੀਆਂ ਨੂੰ ਦੱਸ ਦਿੰਦੇ ਸੀ, 10,000 ਹਾਥੀ ਦਾ ਬਲ ਸੀ ਤਰੀਕ ਦੇ ਵਿੱਚ। ਉਹ ਉਸ ਵੇਲੇ ਭੀਮ ਸਿੰਘ ਨੂੰ ਜਦੋਂ ਮਾਰਿਆ
ਧਮਿਆਰ ਦੇ ਚੱਕ ਵਾਂਗੂ ਹੱਥਾਂ ਦੇ ਬਾਂਹ ਤੇ ਸਿਰ ਤੋੜ ਕੇ ਵਿੱਚ ਪਾ ਤਿਆ ਸੀ ਉਹਦੇ ਪੇਟ ਨੂੰ। ਇਸੇ ਪ੍ਰਕਾਰ ਕਰਨ ਵਰਗੇ ਜਿਹੜੇ ਯੋਧੇ ਹਨ ਉੱਥੇ ਜਿਹੜੇ ਹੱਥਾਂ ਨਾਲ ਹੱਥੀਆਂ ਨੂੰ ਮਾਸ ਦੇ ਬਲੀ ਹੈ ਉਹ ਬੜੇ ਬੜੇ ਬਲੀਕ ਹੋਣ ਵਾਲੇ ਜਿਹੜੇ ਹਨ। ਤਿੰਨ ਅੱਗ ਲੜਾ ਮੈਂ ਰਹਿਣ ਨਾ ਜਾ ਉਹਨਾਂ ਦੇ ਅੱਗਰ ਭਾਵ ਨੂੰ ਜਮਾਂਦੇ ਤੇ ਇੱਥੋਂ ਅਸੀਂ ਕਹੀਆਂ ਰਿਹਾ ਨਹੀਂ ਹਾਂ। ਜਦੋਂ ਜਵਾਨ ਆ ਕੇ ਦਰਸ਼ਨ ਤੋਂ ਉਦੋਂ ਪਿਸ਼ਾਬ ਦੇ ਰਸਤੇ ਜਾਂ ਪ੍ਰਾਣ ਨਿਕਲਣਗੇ ਜਾਂ ਜੰਗਲ ਦੇ ਰਸਤੇ ਤੇਰੀ ਅੰਤ ਹੋਊਗਾ ਡਰਦੇ ਵੀ ਹਾਲਤ ਹੋਵੇਗੀ ਉਹਨਾਂ ਦੇ ਸਾਹਮਣੇ ਰਹਿ ਨਹੀਂ ਸਕੇਗਾ ਝਾਤੀ ਕੂਚ ਕਰਨਾ ਪਵੇਗਾ ਤੇਰੇ ਤਾਂ ਉਪਦੇਸ਼ ਕਰਦਾ ਹੈ। ਲੋਚਨ ਜੀ ਕਹਿੰਦੇ ਜੇ ਭਾਈ ਮੇਰੇ ਤੋਂ ਕੋਈ ਉਪਦੇਸ਼ ਕਰਨਾ ਚਾਹੁੰਦਾ ਹੈ ਜਿਵੇਂ ਅਕਾਲੀ ਲਹਿਰ ਵੇਰੇ ਅਕਾਲੀ ਸਿੰਘ ਕਹਿੰਦੇ ਹੁੰਦੇ ਸਨ ਕਿ ਜੇ ਭਾਈ ਸਾਨੂੰ ਕਿਸੇ ਨੇ ਪ੍ਰਚਾਰ ਕਰਨਾ ਹੈ ਤਾਂ ਪੰਥ ਦਾ ਮਿਲਾਪੀ ਬਣੋ ਕੋਈ ਜਿਹੜਾ ਪੰਥ ਨਾਲ ਮਿਲੇ ਜਥੇਬੰਦੀ 'ਚ ਰਹੇ ਉਹਦਾ ਅਸੀਂ ਉਪਦੇਸ਼ ਮੰਨਾਂਗੇ ਦੂਜੇ ਦਾ ਨਹੀਂ ਮੰਨਣਾ। ਇਹਨੇ ਤਲੋਚਨ ਭਾਈ ਜੀ ਕਹਿੰਦੇ ਹਨ ਜੇ ਕੋਈ ਸਾਨੂੰ ਉਪਦੇਸ਼ ਦੇਣਾ ਕਰਦਾ ਹੈ ਤਾਂ ਵਾਣ ਕਿਰਨ ਰਤੜਾ ਨਾਰਾ ਉਪਦੇਸ਼ ਦਿਓ ਸਾਨੂੰ ਬਿਰਸਾਂ 'ਚ ਵੀ ਕੱਖਾਂ 'ਚ ਵੀ ਪਰਮੇਸ਼ਰ ਰੰਗਿਆ ਹੋਇਆ ਮੈਂ ਦੂਜੇ ਦਾ ਨਹੀਂ ਸੁਣਦਾ ਦਵਾਈ ਦਵਾਈ ਦਾ ਉਪਦੇਸ਼ ਜੇ ਕਿਸੇ ਨੂੰ ਸਾਨੂੰ ਉਪਦੇਸ਼ ਦੇਣਾ ਤਾਂ ਐਸਾ ਉਪਦੇਸ਼ ਦਿਓ ਦੂਜੇ ਦਾ ਉਪਦੇਸ਼ ਸੁਣ ਕੇ ਕਰਨਾ ਹੀ ਕੀ ਹੈ ਜਿਹੜੇ ਨਰਕ 'ਚ ਲਿਜਾਣ ਵਾਲਾ ਹੈ। ਜੇ ਕੋ ਮੂੰਹ ਜੇ ਕੋਈ ਸਾਨੂੰ ਆ ਕੇ ਪ੍ਰਸ਼ਨ ਕਰੇਗੀ ਉਪਦੇਸ਼ ਦਿਓ ਤਾਂ ਅਸੀਂ ਉਪਦੇਸ਼ ਕਰਦੇ ਹਾਂ ਤਾਂ ਵਾਣ ਤਿਰਨ ਰਤੜਾ ਨਾਣੋ ਕੇ ਦੇਸ਼ਾਂ 'ਚ ਵੀ ਕੱਖਾਂ 'ਚ ਵੀ ਨਾਰਾਇਣ ਪਰਮੇਸ਼ੁਰ ਰੰਗਿਆ ਹੋਇਆ ਮਨ ਸਰੀਰਾਂ 'ਚ ਵੀ ਤਿੰਨ ਇੰਦਰੀਆਂ 'ਚ ਵੀ ਪਰਮੇਸ਼ੁਰ ਰੋਮ ਰੋਮ 'ਚ ਸਾਰਿਆਂ ਦੇ ਰੁਕਿਆ ਹੋਇਆ ਹੈ। ਆ ਜੀ ਤੂੰ ਆਪੇ ਸਭ ਕੁਛ ਜਾਣਦਾ ਸਾਰੀ ਕੁਛ ਕਰਦੇ ਭਗਤ ਤਰਲੋਚਨ ਰਾਮਈਆ ਜੀ ਤਰਲੋਚਨ ਭਗਤ ਭਗਤ ਕਥਨ ਕਰਦੇ ਹੈ ਤੂੰ ਅੰਤਰ ਗਿਆਨੀ ਹੈ ਮਹਾਰਾਜ ਸਭ ਕੁਝ ਜਾਣਦਾ ਹੈ। ਜੇ ਤੂੰ ਮੂੰਹ ਉਪਦੇਸ਼ ਕਰਦਾ ਹੈ ਤਾਂ ਬਾਣ ਕਿਰਨ ਰਤੜਾ ਨਾਰਾਇਣ ਹੈ ਜੀ ਤੂੰ ਆਪੇ ਸਭ ਕੁਝ ਜਾਣਦਾ ਹੈ ਰਮਈਆ ਜੀ ਤੂੰ ਆਪ ਹੀ ਸਾਰਿਆਂ ਦਾ ਅੰਤਰ ਗਿਆਨੀ ਜਾਣਦਾ ਹੈ ਇਹ ਕਥਨ ਕਰ ਲਏ ਭਗਤ ਤਰਲੋਚਨ ਜੀ ਹੋਰ ਰਮਈਆ ਪਰਮੇਸ਼ਰ ਜੀ ਉਹ ਅਸੀਂ ਬੇਨਤੀ ਕਰਦੇ ਹਾਂ। ਜੇ ਤੂੰ ਮੂੰਹ ਉਪਦੇਸ਼ ਕਰਦਾ ਹੈ ਤਾਂ ਬਾਣ ਕਿਰਨ ਰਤੜਾ ਨਾਰਾਇਣ ਭਗਤਮਾਨੀ ਸਾਹਿਬ ਸਿੰਘ ਜੀ ਸ੍ਰੀ ਰਾਗ ਦੀ ਆਰੰਭ ਹੋ ਰਹੀ ਹੈ ਭਗਤ ਕਬੀਰ ਜੀ ਕਾ ਅਚਰਜ ਏਕ ਤਨੋ ਰੇ ਪੰਡਿਆ ਗੁਰੂ ਖਾਲਸਾ ਸਾਹਿਬ ਸਿੰਘ ਜੀ ਸਾਹਿਬ ਕਬੀਰ ਜੀ ਦੀ ਬਾਣੀ ਦੇ ਨਾਲ ਇੱਕ ਸ਼ਬਦ ਲਿਖੇ ਕਬੀਰ ਜੀ ਦਾ ਮਗਰੋਂ ਭਗਤ ਤਰਲੋਚਨ ਦਾ ਮਹਾਰਾਜ ਸ੍ਰੀ ਰਾਗ ਲਿਖਿਆ ਹੈ। ਇੱਕ ਜੀਵੀ ਸਿੰਘ ਹੋਇਆ ਜਿਹਨੇ ਗੁਰੂ ਸਾਹਿਬ ਦੇ ਸਰੂਪਾਂ ਦੀ ਬਾਣੀ ਦੇ ਉੱਤੇ ਸ਼ੰਕਾ ਕੀਤੀਆਂ ਹਨ ਉਸ ਨੇ ਲਿਖਿਆ ਸੀ ਕਿ ਜਿਹੜੀ ਕਬੀਰ ਸਾਹਿਬ ਦੀ ਬਾਣੀ ਹੈ ਸ੍ਰੀ ਰਾਗ ਵਿੱਚ ਇਹ ਕਬੀਰ ਦਾ ਦੂਜਾ ਸ਼ਬਦ ਨਾਲ ਕਿਉਂ ਨਹੀਂ ਲਿਖਿਆ ਗਿਆ ਲਿਖਾਰੀਆਂ ਦੀ ਗਲਤੀ ਹੈ ਇਹ ਲਿਖਣਾ ਚਾਹੀਦਾ ਸੀ ਭਾਈ ਗੁਰਦਾਸ ਸਾਹਿਬ ਨੂੰ ਮਨੀ ਸਿੰਘ ਸਾਹਿਬ ਜੀ ਨੂੰ ਜੋ ਸਰਦਾਰ ਹਜ਼ੂਰੀ ਲਿਖਾਰੀ ਸੀ ਬਾਬਾ ਵੀਰ ਸਿੰਘ ਆਦਿਕਾਂ ਨੂੰ ਉਹਨਾਂ ਦੀ ਗਲਤੀ ਕਹੀ ਹੈ ਅਤੇ ਆਪ ਸਿਆਣਾ ਬਣਿਆ ਇਹ ਕਿੱਡੀ ਮੂਰਖਤਾ ਉਸ ਨੇ ਕੀਤੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਵੇਂ ਪਹਿਲਾਂ ਸ੍ਰੀ ਰਾਗ ਵਿਰਾਗ ਤੋਂ ਮੋਤੀ ਦਾ ਮੰਦਰ ਇਸਰਾ ਸ਼ੁਰੂ ਕੀਤਾ ਸੀ ਪਹਿਲੇ ਪਾਤਸ਼ਾਹ ਨੇ ਉਵੇਂ ਪੰਨੇ ਪਾਤਸ਼ਾਹ ਨੇ ਚਾਤੂ ਰੱਤਾ ਦੇਖ ਕੇ ਪੂਰਾ ਪੁੱਤਰ ਕਲਪਰ ਸੀ ਯਾਰ ਵਿਰਾਗ ਤੋਂ ਹੀ ਆਰੰਭ ਕੀਤੇ ਸੀ ਆਪਣੇ ਪੰਨੇ ਪਾਤਸ਼ਾਹ ਸਾਹਿਬ ਫਿਰ ਭਗਤਵਾਨ ਨੇ ਜਦੋਂ ਆਰੰਭ ਕੀਤੀ ਹੈ ਉਦੋਂ ਵੀ ਵਿਰਾਗ ਦੇ ਵੀ ਪ੍ਰਕਰਨ ਜੰਮੀ ਜਾਨ ਸਿੱਧ ਵੱਡਾ ਹੋਤ ਹੈ ਇਤਨਾ ਕਿ ਮੈਂ ਜਾਣਾ ਜਿਸ ਦਾ ਅਰਧ ਕਰਕੇ ਹੈ ਵਿਰਾਗ ਨੇ ਵੀ ਕਬੀਰ ਦੇ ਸ਼ਬਦ ਦੀ ਅਗਵਾਈ ਦੇਣ ਵਾਸਤੇ ਭਗਤ ਤਰਲੋਚਨ ਦਾ ਸ਼ਬਦ ਵਿਰਾਗ ਨੇ ਵੀ ਕਥਨ ਕੀਤਾ ਹੈ ਉਸ ਵਿੱਚ ਜਿਸ ਵਿੱਚ ਆਪ ਜੀ ਨੇ ਪਿਆਰ ਦੇ ਨਾਲ ਵਿਰਾਗ ਨੂੰ ਕਥਨ ਕਰਦੇ ਹੋਏ ਕਿਉਂ ਤਰਲੋਚਨ ਭਗਤ ਜੀ ਨੇ ਪ੍ਰਚਾਰ ਕੀਤਾ ਹੈ। ਮਾਇਆ ਮੋਹ ਮਨ ਅਗਲੇ ਦਾ ਪ੍ਰਾਣੀ ਜਰਾ ਮਰਨ ਭਗਵਸਰ ਜਿਹੜਾ ਵਿਰਾਗ ਦਾ ਪ੍ਰਕਰਨ ਲਿਖਾਇਆ ਹੈ ਇਹ ਵਿਰਾਗ ਦਾ ਪ੍ਰਕਰਨ ਲਿਖਣ ਵਾਸਤੇ ਸਤਿਗੁਰੂ ਜੀ ਨੇ ਭਗਤ ਤਰਲੋਚਨ ਦਾ ਨਾਲ ਸ਼ਬਦ ਲਿਖਿਆ ਹੈ ਪਰ ਇਸ ਨੂੰ ਸਮਝ ਨੂੰ ਆਪਣੀ ਅਕਲ ਨੂੰ ਵੱਡੀ ਸਮਝ ਕੇ ਕਿਹਾ ਕਬੀਰ ਦਾ ਸ਼ਬਦ ਨਾਲ ਕਿਉਂ ਨਹੀਂ ਲਿਖਿਆ ਐਡੇ ਵੱਡੇ ਸ੍ਰੀ ਮੁਖਵਾਦ ਸਰਜੀ ਦੇ ਮੁੱਖੋਂ ਉਚਾਰਨਸ਼ੀਲ ਕਰਨ ਵਾਲੇ ਕਲਗੀਧਰ ਮਨੀ ਸਿੰਘ ਸਾਹਿਬ ਵੀਰ ਸਿੰਘ ਲਿਖਾਰੀ ਭਾਈ ਗੁਰਦਾਸ ਸਾਹਿਬ ਸਰਜਾ ਦੀ ਹਜ਼ੂਰੀ 'ਚ ਰਹਿਣ ਵਾਲੇ ਲਿਖਾਰੀ ਜੋ ਸੰਗਤਾਂ ਨੂੰ ਹਜ਼ਾਰਾਂ ਨੂੰ ਆਗਰੇ ਜਿਨ੍ਹਾਂ ਨੂੰ ਸ਼ਬਦ ਦੇ ਭਰੋਸੇ ਦੇ ਨਾਲ ਸਾਹਿਬ ਸਿੰਘ ਜੀ ਵਿਆਸਾ ਦੇ ਪਾਣੀ ਡੂੰਘੇ ਲਈ
ਜਿੱਥੇ ਜਿੱਥੇ ਗੋਡੇ ਗੋਡੇ ਪਾਣੀ ਆ ਗਿਆ ਸੀ, ਸਾਰਿਆਂ ਨੂੰ ਪਾਰ ਲੈ ਆਇਆ ਸੀ। ਇੱਧੇ ਮਹਾਂਪੁਰਖ ਸੰਕਰਣੀ ਆਏ, ਉਹਨਾਂ ਦੇ ਉੱਤੇ ਸ਼ੰਕਾ ਕਰਦੇ ਲੋਕ। ਇਹ ਕਬੀਰ ਸਾਹਿਬ ਦਾ ਜਿਹੜਾ ਸ਼ਬਦ ਸੀ, ਸਤਿਗੁਰੂ ਜੀ ਜਾਣਦੇ ਸਨ ਗੁਰੂ ਅਰਜਨ ਦੇਵ ਜੀ ਕਿ ਦੂਸਰਾ ਸ਼ਬਦ ਕਬੀਰ ਦਾ ਲਿਖਣਾ ਹੈ, ਪਰ ਪ੍ਰਕਰਣ ਮਿਲਣ ਵਾਸਤੇ ਕਰਨ ਚੰਗੀ ਦਾ ਲਿਖਿਆ ਸੀ। ਹੋਰ ਵੀ ਜਿੱਥੇ ਸ਼ਬਦ ਆਏ ਹੈ ਉੱਥੇ ਸ਼ੰਕਾ ਕੀਤੀ ਹੈ। ਜਿਸ ਪ੍ਰਕਾਰ ਸਾਰੇ ਦੇ ਸ਼ਬਦ ਆਏ ਆ, ਪਹਿਲਾਂ ਕਬੀਰ ਦੀ ਬਾਣੀ ਆਈ ਹੈ, ਮਗਰੋਂ ਸਾਰੇ ਦੇ ਸ਼ਬਦਾਂ ਦੀ ਸਮਾਪਤੀ ਵਿੱਚ ਇਹ ਹਰਦਨ ਕੋ ਨਾ ਸਹਾਈ ਮਣਕਾ, ਉਸ ਵਿੱਚ ਇਹ ਵੀ ਵਿਰਾਗਮਈ ਪ੍ਰਕਰਨ ਕਹਿਣਾ ਸੀ। ਉੱਥੇ ਵੀ ਕਬੀਰ ਸਾਹਿਬ ਦਾ ਸ਼ਬਦ ਮਗਰੋਂ ਮਹਾਰਾਜ ਜੀ ਲਿਖੇ, ਅਤੇ ਪਹਿਲਾਂ ਹੋਰ ਸ਼ਬਦ ਨਾਮਦੇਵ ਜੀ ਦੇ ਰਵਾਸ ਜੀ ਦੇ ਉਚਾਰਨ ਕੀਤੇ ਸਨ। ਅਸੀਂ ਇਸੇ ਤਰ੍ਹਾਂ ਰਾਮਾਨੰਦ ਜੀ ਦੀ ਬਾਣੀ, ਪਰਮਾਨੰਦ ਜੀ ਦੀ ਬਾਣੀ, ਸੂਰਦਾਸ ਜੀ ਦੀ ਬਾਣੀ ਉਚਾਰਨ ਕਰਕੇ ਫਿਰ ਕਬੀਰ ਦਾ ਇੱਕ ਸ਼ਬਦ ਲਿਖਿਆ। ਉਹਦੇ 'ਤੇ ਵੀ ਸ਼ੰਕਾ ਕੀਤੀਆਂ ਹੈ, ਆਪਣੀ ਅਕਲ ਨੂੰ ਵੱਡਾ ਸਮਝਣ ਵਾਲੇ ਲੋਕ ਸਤਿਗੁਰੂ ਸੱਚੇ ਪਾਤਸ਼ਾਹ ਦੀ ਮੱਤ ਤੋਂ ਸੁਣੀ ਇਹਨਾਂ ਗੱਲਾਂ ਕਰਦੇ ਰਹੇ ਹੈ। ਕਈਆਂ ਬੀੜਾਂ 'ਚ ਉਦੋਂ ਫਰਕ ਪਾਇਆ ਸੀ, ਨਹੀਂ ਹੈਗੇ ਆਪਣੀਆਂ ਜ਼ਮੀਨਾਂ ਦੇ ਨਾਲ ਮੰਗਲ ਬਦਲ ਕੇ ਰੱਖ ਦਿੱਤੇ ਸਨ, ਸੋ ਪੂਰੇ ਕਰਕੇ ਸਭ ਕੁਛ ਪੂਰਾ ਘੱਟ ਵੱਧ ਕੁਛ ਨਹੀਂ, ਨਾਣੇ ਗੁਰਮ ਖੈਸਾ ਜਾਣੇ ਪੂਰੇ ਮਾਂ ਸਮਾਈ। ਇਹ ਗੁਰਸਿੱਖ ਦਾ ਨਿਸ਼ਚਾ ਹੈ, ਜੋ ਸਤਿਗੁਰੂ ਜੀ ਨੇ ਬਚਨ ਕੀਤੇ ਜਿੱਥੇ ਇਹ ਕਾਲ ਆਇਆ ਹੈ, ਜਿਵੇਂ ਮੂਲ ਮੰਤਰ ਦੇ ਨਾਨਕ ਹੋ ਸਿੱਧੀ ਸਰਕੇ ਮਗਰ ਏਕਾ ਦਸਵੇਂ ਪਾਤਸ਼ਾਹ ਦੋਨੀ ਜੀਵ 'ਚ ਲਾਇਆ ਹੈ, ਕਰਤਾਰਪੁਰ ਵਾਲੀ ਜੀਵ 'ਚ ਨਹੀਂ ਸੀ। ਸੋ ਇਸੇ ਪ੍ਰਕਾਰ ਜਿਵੇਂ ਗੁਰੂ ਸਾਹਿਬ ਸੋ ਪੁਰਖ ਜਿਹੜਾ ਹੈ ਅਤੇ ਨਾਲ ਤੂੰ ਕਰਤਾ ਸਕਿਆਰ, ਅਤੇ ਦੂਸਰਾ ਤਿਤ ਸਰੜਾ ਭਈ ਦੇ ਨਿਵਾਸਾ ਭਈ ਪ੍ਰਾਪਤ ਮਾਨਸ ਦੇ ਹੋਈ ਹੈ, ਇਹ ਚਾਰੇ ਸ਼ਬਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੜ੍ਹਿਆ ਕਰਦੇ। ਪਹਿਲਾਂ ਕਰਤਾਰਪੁਰ ਵਾਲੀ ਜੀਵ 'ਚ ਪੰਜ ਹੀ ਸ਼ਬਦ ਸਮਝ ਰਹਿ ਰਾਖਦੇ, ਜਿਹਨਾਂ ਦੀ ਆਦ ਕਰਤਾਰਪੁਰ ਸਾਹਿਬ ਵਾਲੀ ਜੀਵ 'ਚ ਲਿਖਿਆ ਹੋਇਆ ਹੈ, ਜਨ ਨਾਨਕ ਬਲ ਬਲ ਸਰਬਲ ਜਾਏ ਤੇ ਅੰਤ ਨੂੰ ਪਾਰਾ ਵਰਿਆ ਤੇ ਸਮਾਪਤੀ ਹੈ। ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੜ੍ਹਿਆ ਕਰਦੇ, ਉਹਨਾਂ ਦੇ ਸਪੁੱਤਰ ਬਾਬਾ ਗੁਰਸਾ ਜੀ ਦਾ ਗੁਟਕਾ ਕਰਤਾਰਪੁਰ ਸਾਹਿਬ ਪਿਆ ਹੈ ਲਿਖਦਾ, ਉਸ ਵਿੱਚ ਇਹ ਚਾਰੇ ਸ਼ਬਦ ਲਿਖੇ ਹੋਏ ਹਨ। ਜੇ ਗੁਰੂ ਹਰਗੋਬਿੰਦ ਸਾਹਿਬ ਨੇ ਨਿਤਨੇਮ ਸ਼ੁਰੂ ਕੀਤਾ ਸੀ ਤਾਂ ਇਹ ਬਾਬੇ ਗੁਰੂ ਸਿੰਘ ਲਿਖੇ ਸੀ, ਅਤੇ ਗੁਰੂ ਕਲਗੀਧਰ ਜੀ ਨੇ ਸ੍ਰੀ ਗੁਰੂ ਛੇਵੇਂ ਪਾਤਸ਼ਾਹ ਪ੍ਰਵਾਨ ਕੀਤੀ ਜਾਣ ਕੇ ਇਹ ਬਾਣੀ ਨੂੰ ਨੌ ਸ਼ਬਦ ਰਹਿ ਰਾਖਦੇ ਤਾਂ ਲਿਖੇ ਹਨ। ਕਲਗੀਧਰ ਦੋਨੀ ਜੀਵ ਦੇ ਵਿੱਚ ਉਹ ਲਿਖਾਉਣਾ ਕੀਤੇ ਹੈ। ਜਿਹੜੇ ਲੋਕ ਸ਼ੰਕਾ ਕਰਦੇ ਹੈ, ਸਤਿਗੁਰੂ ਦੀ ਗੰਭੀਰਤਾ ਤੋਂ ਅਣਜਾਣ ਲੋਕ ਹਨ, ਆਪਣੀ ਮਤ ਨੂੰ ਵੱਡੀ ਸਮਝੀ ਬੈਠੇ ਹੈ, ਉਹ ਮਨਮਤ ਦੇ ਲੋਕ ਗੁਰਮਤ ਦੇ ਵਿੱਚ ਰੌਲਾ ਪਾ ਕੇ ਆਪਣੇ ਆਪ ਨੂੰ ਉੱਚਾ ਦਿਖਾਉਂਦੇ ਹਨ, ਕਿ ਉਹਨਾਂ ਦੀ ਗਲਤੀ ਹੈ। ਸਤਿਗੁਰੂ ਦੇ ਦੇਣਦਾਰ ਐਸੇ ਪੁਰਖ ਹੋਣਗੇ ਜੋ ਬਾਣੀ ਅਦਲਾ ਬਦਲੀ ਕਰਨੀ ਚਾਹੁੰਦੇ ਸੀ। ਸੋ ਸਾਹਿਬ ਕਬੀਰ ਜੀ ਦਾ ਸ਼ਬਦ ਮਹਾਰਾਜ ਸਾਹਿਬ ਜੀ, ਹੁਣ ਤਰਲੋਚਨ ਜੀ ਦਾ ਦੂਜਾ ਸ਼ਬਦ ਲਿਖ ਕੇ ਹੁਣ ਮਹਾਰਾਜ ਸਾਹਿਬ ਜੀ ਕਬੀਰ ਸਾਹਿਬ ਦਾ ਸ਼ਬਦ ਉਚਾਰਨ ਕਰਦੇ ਹਨ। ਕਬੀਰ ਸਾਹਿਬ ਜੀ ਕਾਂਸੀ ਵਿੱਚ ਨਿਵਾਸ ਕਰ ਰਹੇ ਸਨ, ਇੱਥੇ ਇੱਕ ਪੰਡਿਤ ਬੜਾ ਵਿਦਵਾਨ ਸੀ, ਸਵਾ ਜਿੱਤ ਸੀ। ਕਹਿੰਦੇ ਇਸ ਤਿਉਹਾਰ ਲਾਤਾ ਕਿ ਮੇਰੇ ਨਾਲ ਕੋਈ ਚਰਚਾ ਕਰ ਲਵੇ, ਜਿਹੜਾ ਕਾਂਸੀ ਦਾ ਪੰਡਿਤ ਹੈ, ਜੇ ਮੈਂ ਜਿੱਤ ਗਿਆ ਤਾਂ ਸਾਰੀ ਕਾਂਸੀ ਹਾਰ ਗਈ, ਜੇ ਉਹ ਪੰਡਿਤ ਜਿੱਤ ਗਿਆ ਤਾਂ ਮੈਂ ਸਾਰੀ ਦੁਨੀਆਂ ਵਿੱਚ ਹਾਰ ਗਿਆ, ਕਿਉਂ ਸਮਝਾਂਗਾ। ਉਹ ਇਸ ਤਿਉਹਾਰ ਨੂੰ ਪੜ੍ਹ ਕੇ ਪੰਡਿਤਾਂ ਨੂੰ ਸਲਾਹ ਕੀਤੀ ਵੀ ਕਬੀਰ ਸਾਹਿਬ ਕੋਲੇ ਲੈ ਚੱਲੀਏ, ਕਬੀਰ ਸਾਹਿਬ ਜੀ ਦੀ ਗਿਣਤੀ ਤੇ ਦਲੀਲ ਐਡੀ ਵੱਡੀ ਹੈ, ਕੋਈ ਆਦਮੀ ਉਹਦੇ ਸਾਹਮਣੇ ਆਪਾਂ ਨੂੰ ਤਾਂ ਛੱਡਦਾ ਹੀ ਨਹੀਂ ਚਰਚਾ 'ਚ। ਜੇ ਤਾਂ ਕਬੀਰ ਹਾਰ ਗਿਆ ਤਾਂ ਕਹਾਂਗੇ ਕਬੀਰ ਤੂੰ ਹਾਰ ਗਿਆ ਸੀ ਪੰਡਿਤ ਨੂੰ, ਅਤੇ ਉਹਨੂੰ ਪੰਡਿਤ ਨੂੰ ਕਹਾਂਗੇ ਤਾਂ ਜੁਲਾਹੇ ਨੂੰ ਹਰਾ ਤਾ ਮੈਂ ਤੇਰੀ ਕੀ ਜਿੱਤ ਹੈ, ਅਤੇ ਜੇ ਕਬੀਰ ਜਿੱਤ ਗਿਆ ਸਾਰੀ ਸਾਡੀ ਕਾਂਸੀ ਦੀ ਜਿੱਤ ਹੈ। ਇਸ ਵਿਚਾਰ ਨੂੰ ਲੈ ਕੇ ਉਸ ਪੰਡਿਤ ਨੂੰ ਜੁਗਨ ਦੇਵੀ ਨੂੰ ਕਬੀਰ ਸਾਹਿਬ ਦੇ ਪਾਸ ਲੈ ਕੇ ਆਏ। ਸਾਹਿਬ ਸਿੰਘ ਜੀ ਕਬੀਰ ਸਾਹਿਬ ਜੀ ਨੂੰ ਵੇਖ ਕੇ ਜੁਲਾਹੇ ਦਾ ਕੰਮ ਕਰਦੇ ਸੀ, ਪਾਣੀ ਬੁਣਦੇ ਸਨ, ਵੇਖ ਕੇ ਕਹਿੰਦਾ ਉਹ ਤਾਂ ਜੁਲਾਹਾ ਹੈ, ਇਹ ਤਾਂ ਸ਼ੂਦਰ ਹੈ, ਇਸ ਨੇ ਮੇਰੇ ਪਰਸਨ ਕੀ ਉੱਤਰ ਦੇਣਾ ਹੈ, ਚਲੋ ਹਮ ਉੱਥੇ ਛੋਟਾ ਜਿਹਾ ਪਰਸਨ ਕਰ ਦਿੱਤੇ, ਮਾਇਆ ਤਾਂ ਸਰੂਪ ਹੀ ਪੁੱਛ ਲੈਂਦੇ। ਅਤੇ ਪੰਡਿਤ ਨੇ ਹੰਕਾਰ ਦੇ ਨਾਲ ਮਾਣ ਨਾਲ ਕਿਹਾ, ਇੱਕ ਜੋਗੀ ਆ ਗਿਆ, ਉਹ ਸ਼ਰਾਬ ਕੱਢ ਕੇ ਆਪ ਪੀਂਦਾ ਹੁੰਦਾ ਸੀ, ਅੱਜ ਕੱਲ੍ਹ ਦੀ ਜਿਹੜੀ ਹੈ ਉਂਗਲੀ ਮਾਰ ਤਾਂ ਨਹੀਂ ਸੀ ਪੀਂਦਾ, ਉਹਨੂੰ ਸੁੱਕੀ ਸਮਝਦਾ ਸੀ। ਇਸ ਪ੍ਰਕਾਰ ਸਾਹਿਬ ਸਿੰਘ ਕਈਆਂ ਆਦਮੀਆਂ ਨੂੰ ਆਦਤ ਹੈ, ਆਪ ਹੀ ਸ਼ਰਾਬ ਕੱਢ ਕਰਕੇ ਪੀਂਦੇ ਹੈ, ਸੋ ਐਸੀ ਭੈੜੀ ਸੁਭਾਅ ਵਾਲੀ ਸ਼ਰਾਬ ਨੂੰ ਖੰਡਨ ਕਰਨਗੇ ਅਤੇ ਜਿਹੜੀ ਜੋਗ ਦੀ ਸ਼ਰਾਬ ਹੈ ਉਹ ਕਬੀਰ ਦੀ ਜੋਗੀ ਨੂੰ ਦੱਸਣਗੇ, ਅਤੇ ਗਿਆਨ ਦੀ ਸ਼ਰਾਬ ਸੰਖੀ ਦੇ ਤੁਹਾਨੂੰ ਦੱਸਣਗੇ। ਇਸ ਪ੍ਰਕਾਰ ਦੇ ਪ੍ਰਕਰਨ ਨੂੰ ਆਇਆ ਸ਼ਬਦ ਕਬੀਰ ਸਾਹਿਬ ਜੀ ਆਰੰਭ ਕਰਦੇ ਸਨ। ਸ੍ਰੀ ਰਾਗ ਭਗਤ ਕਬੀਰ ਜੀ ਕਾਰ, ਸ੍ਰੀ ਰਾਗ ਸ਼ਬਦ, ਸ੍ਰੀ ਰਾਗ ਵਿੱਚ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ। ਅਚਰਜ ਏਕ ਸੁਣੋ ਰੇ ਪੰਡਿਆ, ਬੜਾ ਮਾਨ ਸੀ ਵਿਦਿਆ ਦਾ,
ਪੰਡਿਆ ਸਾਹਿਬ ਪੰਡਾਂ ਨੂੰ ਵਾਹਣ ਵਾਲਾ ਪੁਸਤਕਾਨੀਆਂ ਨੂੰ ਪੰਡਿਆ ਕਹਿਤਾ ਜਾਂ ਪੰਡਿਆ ਨਾਂ ਪੰਡ ਨਾਂ ਦਾ ਬੁੱਧੀ ਦਾ ਪਿੰਡੀ ਨਾਂ ਬੁੱਧੀ ਦਾ ਹੈ ਅਤੇ ਪੰਡਿਆ ਹੋ ਬੁੱਧੀਵਾਨ ਤਕਦੀਰ ਤਰਕ ਨਹੀਂ ਕੀਤੀ ਹੋ ਬੁੱਧੀਵਾਨ ਆਪਣੇ ਆਪ ਨੂੰ ਪਾਉਂਦੇ ਹੋ ਅਕਲ ਵਾਲੇ ਆਪਣੇ ਆਪ ਨੂੰ ਕਹਾਉਣ ਵਾਲੇ ਮੈਂ ਤਾਂ ਸਰੀਰ ਸਾਡੋਂ ਪੁੱਛਦਾ ਹੈ ਤਾਂ ਤੈਨੂੰ ਅਸੀਂ ਦੱਸਦੇ ਸੁਣ ਅੱਜ ਕੁਛ ਕਹਿਣ ਆਚਰੇ ਜੋ ਏਕ ਸਲੋਰ ਏ ਪੰਡਿਆ ਪੰਡਿਆ ਮਾਇਆ ਅਚਰਜ ਰੂਪ ਹੈ ਅਚਰਜ ਸਰੂਪ ਦੋ ਪ੍ਰਕਾਰ ਦਾ ਹੁੰਦਾ ਹੈ ਇੱਕ ਤਾਂ ਜਿਹੜੇ ਗਿਆਨ ਹੋਏ ਤੋਂ ਪਦਾਰਥ ਨਾਸ਼ ਹੋ ਜਾਵੇ ਉਹ ਵੀ ਹੈਰਾਨਗੀ ਦੇਣ ਦਾ ਕਾਰਨ ਹੁੰਦਾ ਹੈ ਇੱਕ ਪਦਾਰਥ ਐਸਾ ਹੁੰਦਾ ਗਿਆਨ ਹੋਏ ਤੋਂ ਜਿਸਦੇ ਸਰੂਪ ਦੀ ਸਖਿਆਤਾ ਹੋਵੇ ਅਤੇ ਪਹਿਲਾਂ ਜਿਹੜਾ ਭਰਨਾ ਚੱਕਿਆ ਜਾਵੇ ਅਤੇ ਚਿੱਤ ਪ੍ਰਸੰਨ ਹੋ ਜਾਂਦਾ ਹੈ ਇਸ ਪ੍ਰਕਾਰ ਵਾਹਿਗੁਰੂ ਤਾਂ ਦਸਮਾਗ ਨੂੰ ਦੱਸਿਆ ਦੇ ਰੂਪ ਹੈ ਅਤੇ ਮਾਇਆ ਜਿਹੜੀ ਹੈ ਸ਼ਾਂਤ ਅਨਾਦੀ ਅਚਰਜ ਰੂਪ ਹੈ ਗਿਆਨ ਕਰਕੇ ਸ਼ਾਂਤ ਹੋ ਜਾਂਦੀ ਹੈ ਅਤੇ ਅਗਿਆਨੀਆਂ ਦੇ ਅੰਦਰ ਅਨਾਦੀ ਰਹਿੰਦੀ ਹੈ ਇਸ ਕਰਕੇ ਮਾਇਆ ਸ਼ਾਂਤ ਅਨਾਦੀ ਹੈ ਅਤੇ ਪਰਮੇਸ਼ੁਰ ਦਾ ਸਰੂਪ ਕੁਤਲ ਅਨਾਦੀ ਹੈ ਇਹ ਆਪ ਤੋਂ ਹੈ ਤਾਂ ਅਗਿਆਨੀਆਂ ਦੇ ਹਿਰਦੇ ਨੂੰ ਵੀ ਪ੍ਰਕਾਸ਼ ਲੈ ਗਿਆਨੀਆਂ ਦੇ ਹਿਰਦੇ ਨੂੰ ਵੀ ਪ੍ਰਕਾਸ਼ ਲੈ ਹੈ ਇਸ ਕਰਕੇ ਬ੍ਰਹਮ ਸੁਤੇ ਅਨਾਦੀ ਹੈ ਕਿਉਂ ਸ਼ਾਂਤ ਅਨਾਦੀ ਅਤੇ ਸੁਤੇ ਅਨਾਦੀ ਦਾ ਵਿਦਾਂਤ ਮੁਕਾਬਲੇ ਵਿੱਚ ਤਿੰਨ ਇਤਿਹਾਸ ਪ੍ਰਕਰਨ ਆਉਂਦਾ ਇਹਨਾਂ ਝਰਨਾ ਲਿਖਿਆ ਹੋਇਆ ਵਿਦਾਂਤੀਆਂ ਨੇ ਸਵਾਲ ਕੀਤੇ ਹੈ ਵਿਦਾਂਤ ਮੁਕਾਬਲੇ ਵਿੱਚ ਸ਼ਿਵ ਕਰਾਨੰਦ ਜੀ ਨੇ ਉਹਦੇ ਉੱਤਰ ਦਿੱਤੇ ਹਨ ਇਸ ਪ੍ਰਕਾਰ ਅਦਵੈਤ ਰੂਪ ਹੈ ਸੁਤੇ ਅਨਾਦੀ ਹੈ ਸ਼ਾਂਤ ਅਨਾਦੀ ਨਹੀਂ ਹੋ ਸਕਦਾ ਇਸ ਪ੍ਰਕਾਰ ਦੇ ਪੁਸਤਕਾਂ ਵੀ ਬੜੇ ਮਿਲਦੇ ਹਨ ਸਾਹਿਬ ਸਿੰਘ ਜੀ ਜੋ ਸਾਹਿਬ ਕਬੀਰ ਜੀ ਇੱਥੇ ਉਚਾਰਨ ਕਰਦੇ ਹਨ ਆਚਰਜ ਏਕ ਸੁਨਹੋ ਰੇ ਪੰਡਿਆ ਹੋ ਪੰਡਿਆ ਬਰਾਦਰੀ ਨਾਲ ਇਹਨਾਂ ਨੇ ਕਿਹਾ ਸੀ ਨਾ ਕਬੀਰ ਸਾਹਿਬ ਨੂੰ ਬੋਲਿਆ ਹੈ ਉਹਨੂੰ ਉੱਤਰ ਦੇ ਰਹੇ ਹਨ ਇਹ ਆਪਣੀ ਬੋਲੀ 'ਚ ਹੋ ਕਹਿੰਦੇ ਆਪਾਂ ਸੰਬੋਧਨ ਕਰਕੇ ਅਤੇ ਜੋ ਪੂਰਬ ਦੇ ਇਲਾਕੇ ਦੇ ਲੋਕ ਹਨ ਕਾਂਸੀ ਦੇ ਹੋਰ ਸ਼ਬਦ ਕਰਕੇ ਉਚਾਰਦੇ ਹੈ ਇਸ ਕਰਕੇ ਕਹਿੰਦੇ ਹਨ ਆਚਰਜ ਇਹ ਪੰਡਿਤ ਵਿਦਵਾਨ ਆਪਣੇ ਆਪ ਨੂੰ ਪੰਡਾ ਚਤੁਰ ਬੁੱਧੀ ਵਾਲੇ ਕਹਾਉਣ ਵਾਲੇ ਮਾਇਆ ਆਚਰਜ ਰੂਪ ਹੈ ਆਚਰਜ ਰੂਪ ਕਿਵੇਂ ਹੈ ਕਹਿੰਦੇ ਆਚਰਜ ਰੂਪ ਐਸੀ ਹੈ ਘਟਨ ਘਟਨ ਪਕੀ ਸੀ ਜਿਹੜੀ ਨਾ ਬਣਦੀਆਂ ਨੂੰ ਬਣਾ ਦਿੰਦੀ ਹੈ ਅਤੇ ਬਣੀਆਂ ਹੋਈਆਂ ਨੂੰ ਅਣਬਣ ਕਰ ਦਿੰਦੀ ਹੈ ਐਸੀ ਇਹ ਚਤੁਰ ਹੈ ਮਾਇਆ ਫਿਰ ਕਿਸ ਪ੍ਰਕਾਰ ਦੀ ਹੈ ਨੌ ਯੁਗਤੀਆਂ ਜਿਹੜੀ ਨਾ ਸਹਾਰੇ ਉਹਨੂੰ ਅਨਰਵਚਨੀ ਕਹੀਦਾ ਹੈ ਨਾ ਤਾਂ ਇਹ ਸੱਤ ਕਹੀ ਜਾ ਸਕਦੀ ਹੈ ਕਿਉਂਕਿ ਬ੍ਰਹਮ ਤੋਂ ਭਿੰਨ ਕੋਈ ਸੱਤ ਵਸਤੂ ਨਹੀਂ ਹੈ ਇਸ ਕਰਕੇ ਸੱਤ ਨਹੀਂ ਮਾਇਆ ਕਹੀ ਜਾ ਸਕਦੀ ਅਤੇ ਫਿਰ ਅਸੱਤ ਹੀ ਕਹਿ ਦਿਓ ਬ੍ਰਹਮ ਤੋਂ ਭਿੰਨ ਇਹਦੀ ਪ੍ਰਤੀਤੀ ਨਹੀਂ ਕਿਤੇ ਇਹ ਦਿਨ ਸੱਤਾ ਨਾਲ ਇਹਨੂੰ ਜਾਣ ਸਕੀਦਾ ਹੈ ਇਸ ਕਰਕੇ ਵੱਖਰੀ ਨਾ ਹੋਣੇ ਕਰਕੇ ਅਸੱਤ ਵੀ ਨਹੀਂ ਕਹੀ ਜਾ ਸਕਦੀ ਫਿਰ ਦੋਵੇਂ ਕਹਿ ਦਿਓ ਨਾਲੇ ਸੱਤ ਕਹਿ ਦਿਓ ਨਾ ਅਸੱਤ ਕਹਿ ਦਿਓ ਕਹਿੰਦੇ ਦੋਵੇਂ ਕਿਵੇਂ ਕਹਿ ਦਈਏ ਜਿਸ ਪ੍ਰਕਾਰ ਜਦੋਂ ਦਿਨ ਚੜਿਆ ਹੋਇਆ ਹੋਵੇ ਉਦੋਂ ਰਾਤ ਨਹੀਂ ਹੁੰਦੀ ਜਦੋਂ ਰਾਤ ਹੁੰਦੀ ਹੈ ਦਿਨ ਨਹੀਂ ਹੁੰਦਾ ਕਿਉਂ ਚਾਨਣ ਦਾ ਅਤੇ ਨਿਹੇ ਦਾ ਜਿਵੇਂ ਆਪੋ ਵਿੱਚ ਵਿਰੋਧ ਹੈ ਸੱਤ ਦੇ ਸੱਤ ਦੋਵੇਂ ਕਥਾ ਨਹੀਂ ਕਹੇ ਜਾ ਸਕਦੇ ਜਿਹੜੀ ਸੱਤ ਵਸਤੂ ਹੈ ਉਹ ਸੱਤ ਨਹੀਂ ਹੋ ਸਕਦੀ ਜੇ ਸੱਤ ਵਸਤੂ ਹੈ ਸੱਤ ਨਹੀਂ ਹੋ ਸਕਦੀ ਦੋਵੇਂ ਰੂਪ ਕਰਕੇ ਵੀ ਮਾਇਆ ਨਹੀਂ ਕਹੀ ਜਾ ਸਕਦੀ ਨਾ ਸੱਤ ਕਹੀ ਜਾ ਸਕਦੀ ਬ੍ਰਹਮ ਤੋਂ ਵੱਖਰੀ ਸੱਤ ਪ੍ਰਤੀਤ ਨਹੀਂ ਹੁੰਦੀ ਸੱਤ ਇਸ ਕਰਕੇ ਨਹੀਂ ਕਹੀ ਜਾ ਸਕਦੀ ਸਾਰੇ ਸੰਸਾਰ ਜਿਹੜਾ ਹੋਂਦ ਰੂਪ ਹੀ ਪ੍ਰਤੀਤ ਹੋ ਰਿਹਾ ਹੈ ਅਤੇ ਦੋ ਰੂਪ ਕਰਕੇ ਤਾਂ ਨਹੀਂ ਕਹੀ ਜਾ ਸਕਦੀ ਦੁਰਚਾਰੀ ਸੁਭਾਅ ਹੋਣੇ ਕਰਕੇ ਇਸ ਕਰਕੇ ਸੱਤ ਅਤੇ ਅਸੱਤ ਦੋਵੇਂ ਕਹਿਣ ਤੋਂ ਅਤੇ ਸੱਤ ਅਤੇ ਅਸੱਤ ਇੱਕ ਕਹਿਣ ਤੋਂ ਇਹ ਵਿਲੱਖਣ ਹੈ ਕਈ ਯੁਗਤੀਆਂ ਜਿਹੜੀ ਨਹੀਂ ਸਹਾਰਨੀ ਇਹ ਅੰਦਰ ਬਚਣੀ ਮਾਇਆ ਹੈ ਫਿਰ ਅੱਗੇ ਮਾਇਆ ਬ੍ਰਹਮ ਤੋਂ ਭਿੰਨ ਕਹਿ ਦਿਓ ਕਹਿੰਦੇ ਬ੍ਰਹਮ ਤੋਂ ਭਿੰਨ ਕਿੱਥੇ ਕਹੀਏ ਬ੍ਰਹਮ ਤੋਂ ਭਿੰਨ ਕਿਤੇ ਪ੍ਰਤੀਤ ਨਹੀਂ ਹੁੰਦੀ ਬ੍ਰਹਮ ਦੀ ਸੱਤਾ ਦੇ ਆਸਰੇ ਮਾਇਆ ਦੀ ਪ੍ਰਤੀਤੀ ਹੈ ਅਤੇ ਫਿਰ ਅਭਿੰਨ ਕਹਿ ਦਿਓ ਅਭਿੰਨ ਕਿਵੇਂ ਕਹਿ ਦਈਏ ਬ੍ਰਹਮ ਸੱਚ ਚੇਤਨ ਆਨੰਦ ਰੂਪ ਹੈ ਇਹ ਸੱਚ ਜਗ ਦੁੱਖ ਰੂਪ ਹੈ ਇਸ ਕਰਕੇ ਅਭਿੰਨ ਨਹੀਂ ਕਹੀ ਜਾ ਸਕਦੀ ਬ੍ਰਹਮ ਵਾਲੇ ਸੁਭਾਅ ਨੂੰ ਬ੍ਰਹਮ ਜਿਹੜਾ ਨਿਰਵਕਾਲ ਹੈ ਇਹ ਵਕਾਰ ਰੂਪ ਹੈ ਕਦੇ ਬਾਲਕ ਬਣ ਜਾਂਦੀ ਹੈ ਕਦੇ ਗਿਆਨ ਬਣ ਜਾਂਦੀ ਹੈ ਕਦੇ ਘਰ ਨਹੀਂ ਜਾਂਦੀ ਕਦੇ ਬੁਢੇਪਾ ਕਦੇ ਮੌਤ ਉਹ ਵਕਾਰਾਂ ਨੂੰ ਪ੍ਰਾਪਤ ਹੋਣ ਵਾਲੀ ਹੈ ਇਸ ਕਰਕੇ ਭਿੰਨ ਅਤੇ ਅਭਿੰਨ ਦੋਵੇਂ ਕਹਿ ਦਿਓ ਕਹਿੰਦੇ ਜਿਹੜੀ ਭਿੰਨ ਵਸਤੂ ਉਹ ਭਿੰਨ ਨਹੀਂ ਕਹੀ ਜਾ ਸਕਦੀ ਜਿਹੜੀ ਭਿੰਨ ਹੈ ਉਹ ਭਿੰਨ ਨਹੀਂ ਕਹੀ ਜਾ ਸਕਦੀ ਕਿਵੇਂ ਆਪੋ ਵਿੱਚ ਵਿਰੋਧ ਹੋਣੇ ਕਰਕੇ ਇਹ ਵੀ ਦੋਵੇਂ ਯੁਗਤੀਆਂ ਨਹੀਂ ਬਣਦੀਆਂ ਛੇ ਹੋ ਗਏ ਇਸ ਪ੍ਰਕਾਰ ਭਿੰਨ ਅਤੇ ਭਿੰਨ ਅਤੇ ਭਿੰਨ ਭਿੰਨ ਉਹਦੇ ਦੋਵੇਂ ਅਤੇ ਛੇ ਯੁਗਤੀਆਂ ਨਹੀਂ ਸਹਾਰਦੀ ਅਤੇ ਤਿੰਨ ਹੋਰ ਹਨ ਸੁਣੋ ਹੋ ਆਚਰਜ ਏਕ ਸੁਨਹੋ ਰੇ ਪੰਡਿਆ ਹੈ ਜਿਹੜੀ ਮਾਇਆ ਹੈ ਇਹ ਨਿਰਾਵੈਦੀ ਹੈ ਕਿਸਮੈਦੀ ਹੈ ਨਿਰਾਵੈਦੀ ਅੰਗਾਂ ਤੋਂ ਰਹਿ ਜੇ ਕਹੀਏ ਮਾਇਆ ਨੂੰ ਤਾਂ ਸਾਰੇ ਸੰਸਾਰ ਦੇ ਮਾਇਆ ਨੇ ਅੰਗ ਬਣਾਏ ਹੋਏ ਹੈ ਸਭਨਾਂ ਦੇ ਅੰਗ ਰੂਪ ਹੋ ਕੇ ਮਿੱਠੀ ਹੈ ਹਿਰਦਾ ਛਾਤੀ ਅੱਖਾਂ ਮੂੰਹ ਨੱਕ ਪੈਰ ਹੱਥ ਇਹ ਸਾਰੇ ਅੰਗ ਬਣੀ ਬੈਠੀ ਹੈ
ਇਸ ਕਰਕੇ ਇਸ ਨੂੰ ਮਿਲਾਵੇ ਵੀ ਬਿਨਾਂ ਅੰਗਾਂ ਤੋਂ ਨਹੀਂ ਕਿਹਾ ਜਾ ਸਕਦਾ। ਅਤੇ ਜੇ ਕਹੋ ਸਮੈਲੀ ਹੈ ਤਾਂ ਜਦੋਂ ਹੱਥ ਪਾਲ ਤੇ ਰੇਸ਼ਮ ਕੀਤਰ ਅਗਰ ਸੰਗ ਲੈ ਜਾ ਰਹੇ ਹੋ, ਜਦੋਂ ਕਿਸਾ ਨਿਸਾਰਿਆ ਜਾਂਦਾ ਉਦੋਂ ਕੁਛ ਨਹੀਂ ਰਹਿੰਦਾ, ਸਭ ਸਵਾਹ ਹੋ ਜਾਂਦੀ ਹੈ। ਇਸ ਕਰਕੇ ਬਿਨਾਂ ਅੰਗਾਂ ਤੋਂ ਨਹੀਂ ਕਹੀ ਜਾ ਸਕਦੀ। ਦੋਵੇਂ ਹੀ ਕਹਿ ਦਿਓ, ਦੋਵੇਂ ਕਿਵੇਂ ਕਹੀਏ? ਜਿਹੜੀ ਅੰਗਾਂ ਵਾਲੀ ਚੀਜ਼ ਆ ਉਹ ਬਿਨਾਂ ਅੰਗਾਂ ਤੋਂ ਨਹੀਂ, ਜਿਹੜੀ ਬਿਨਾਂ ਅੰਗਾਂ ਤੋਂ ਹੈ ਉਹ ਅੰਗਾਂ ਵਾਲੀ ਨਹੀਂ ਹੋ ਸਕਦੀ। ਇਸ ਕਰਕੇ ਨੌ ਜੁਗਤੀਆਂ ਜਿਹੜੀ ਨਾ ਸਹਾਰੇ ਉਸ ਅਨੁਸਾਰ ਸਮਝੋ ਜੀ ਉਚਰਜ ਕਹੀ ਹੈ। ਇਹ ਸਾਤ ਅਨਾਦੀ ਇਸ ਪ੍ਰਕਾਰ ਮਾਇਆ ਆਚਰਜ ਹੈ। ਅਤੇ ਫਿਰ ਇਹ ਕੈਸੀ ਹੈ? ਇਹ ਤਿੰਨੋਂ ਰੂਪ ਹੈ, ਰੰਗੋ ਤੰਗੋ ਸਰਗੋ ਕਹਿੰਦੇ ਤੇਰੀ ਸਭ ਮਾਇਆ। ਇਸ ਮਾਇਆ ਦੇ ਕਾਰਨ ਨੌ ਜੁਗਤੀਆਂ ਨਾ ਸਹਾਰਨ ਵਾਲੀ ਹੋਣੇ ਤੇ ਰਾਂਤੀਆਂ ਨੇ ਅੰਦਰ ਵਚਨੀ ਕਿਹਾ ਹੈ। ਅੰਦਰ ਵਚਨੀ ਘਟਣ ਘਟਣ ਪੱਕੀ ਸੀ, ਜਿਹੜੀਆਂ ਨਾ ਬਣਦੀਆਂ ਨੇ ਬਣਾ ਦਿੰਦੀ ਹੈ ਅਤੇ ਬਣਦੀਆਂ ਨੂੰ ਅਣਵਣ ਕਰ ਦਿੰਦੀ ਹੈ। ਇਹ ਵੀ ਪੱਕੀ ਸੀ ਨਾ ਉੱਚਾ ਚੜਾਇਆ ਇਹ ਮਾਇਆ। ਇਹ ਮਾਇਆ ਦਾ ਸਰੂਪ ਬਲਾਂਟੀਆਂ ਨੇ ਕਥਨ ਕੀਤਾ ਹੈ। ਕਬੀਰ ਸਾਹਿਬ ਜੀ ਨੇ ਅਚਰਜ ਸ਼ਬਦ ਦੇ ਨਾਲ ਗਿਆਨ ਕਰਕੇ ਭਾਵ ਹੋ ਜਾਂਦਾ, ਉਹ ਸੱਚਾ ਦਾ ਪ੍ਰਗਟਨ ਕਰਨ ਕਰਕੇ ਇਹ ਹਰਕਤ ਭਾਵ ਨੂੰ ਪ੍ਰਾਪਤ ਹੋਈ ਹੈ। ਰਾਜਸੀ ਕੌਣ ਸੀ? ਸ਼ਾਂਤੀ ਸੁਭਾਅ ਨੂੰ ਪ੍ਰਾਪਤ ਹੋਈ ਹੈ। ਜਿਵੇਂ ਬ੍ਰਹਮਾ ਜਿਸ਼ਨ ਸਿੱਧੀ ਆਦਿਕ ਪੈਦਾ ਕੀਤੇ ਹੈ, ਅਭਿਆ ਕਰਕੇ ਅਤੇ ਹਿਰਨ ਗਰਭ ਅਤੇ ਬਰਾਤ ਆਦਿਕ ਮਾਇਆ ਦੀ ਅੰਸ਼ ਕਰਕੇ ਅਵਿਦਿਆ ਕਰਕੇ ਪੈਲਿਸ ਦੇ ਪ੍ਰਾਣ ਦੇ ਵਿਸ਼ਨਾ ਇਹ ਪ੍ਰਤੀਕ ਹੁੰਦੇ ਹੈ। ਇਸ ਪ੍ਰਕਾਰ ਦੀ ਅਚਰਜ ਵੀ ਮਾਇਆ ਹੈ। ਫਿਰ ਇਹ ਕੈਸੀ ਇੱਕ ਹੈ? ਇੱਕ ਚੇਤਨ ਦੀ ਸੱਤਾ ਦੇ ਆਸਰੇ ਕਿਰਿਆ ਕਰਨ ਵਾਲੀ ਹੈ। ਚੇਤਨ ਤੋਂ ਬਗੈਰ ਜੜ ਹੈ, ਕੁਛ ਵੀ ਨਹੀਂ ਕਰ ਸਕਦੀ। ਮਾਇਆ ਦੀ ਸੱਤਾ ਦੇ ਆਸਰੇ ਜੜ ਕੇ ਰੱਖਿਆ ਹੈ। ਇਸ ਪ੍ਰਕਾਰ ਇਹ ਇੱਕ ਹੈ। ਜਿਵੇਂ ਅਜਾ ਲੋਕ ਲੋਹਿਤ ਸ਼ੁਕਲ ਕ੍ਰਿਸ਼ਨਾ ਇਹ ਕੈਤਨੀ ਪਰਿਸ਼ਦ ਦੀ ਸੁਰਤੀ ਹੈ। ਉੱਥੇ ਮੇਰਾ ਕਿ ਅਜਾ ਅਜਨਮੀ ਹੈ, ਇਹ ਪਤਾ ਨਹੀਂ ਕਿੱਥੋਂ ਆਈ ਹੋਈ ਹੈ, ਇਹ ਕਿਸੇ ਨੂੰ ਨਹੀਂ ਪਤਾ। ਅਤੇ ਲੋਕ ਇੱਕ ਹੈ। ਫਿਰ ਕਹੀ ਹੈ ਸ਼ੁਕਲ ਲੋਹਿਤ ਸ਼ੁਕਲ ਕ੍ਰਿਸ਼ਨਾ, ਲੋਹਿਤ ਲਾਲ ਰੰਗ ਦੀ ਰਜੋ ਗੁਣ ਰੂਪ, ਸ਼ੁਕਲ ਚਿੱਟੇ ਰੰਗ ਦੀ ਸਤੋ ਗੁਣ ਰੂਪ ਹੋਣੀ ਸੀ, ਕ੍ਰਿਸ਼ਨਾ ਕਾਲੇ ਰੰਗ ਦੀ ਤਮੋ ਗੁਣ ਰੂਪ ਹੋਣੀ ਸੀ। ਇਹਨੇ ਮਹਾਰਾਜ ਕਹਿ ਰਜਗੁਣ ਤਮਗੁਣ ਸਰਗੁਣ ਕਹੀ ਹੈ। ਇਹ ਤੇਰੀ ਸਭ ਮਾਇਆ, ਇਸ ਪ੍ਰਕਾਰ ਦੀ ਮਾਇਆ ਹੈ ਇਹ, ਐਸੀ ਇੱਕ ਹੈ ਇਹ। ਮਹਾਰਾਜ ਦੀ ਸੱਤਾ ਕਰਕੇ ਤਿੰਨ ਗੁਣ ਰੂਪ ਹੋਈ ਹੈ। ਅਚਰਜ ਏਕ ਤਨੋ ਰੂਪ ਹੈ, ਮਤਲਬ ਨੂੰ ਮਾਇਆ ਹੈ ਇੱਕ ਹੈ। ਮਹਾਰਾਜ ਦੀ ਸੱਤਾ ਨੂੰ ਤ੍ਰਿਗੁਣ ਰੂਪ ਹੋਈ ਹੈ, ਬ੍ਰਹਮਾ ਵਿਸ਼ਨੂੰ ਸਾਧਕ ਪੈਦਾ ਕੀਤੇ ਹੈ, ਐਸੇ ਹੀ ਹੈ ਵਿਦਵਾਨ ਪੰਡਿਤ। ਇਹ ਮਾਇਆ ਦਾ ਸਰੂਪ ਕਿਹਾ ਗਿਆ ਹੈ। ਸੁਣ ਅੱਜ ਕੁਛ ਕਹਿਣ ਨਾ ਜਾਏ, ਹੋਰ ਆਪ ਕੋਈ ਹੋਰ ਵਰਣਨ ਕਰੋ। ਕਹਿੰਦੇ ਵੇਦ ਸ਼ਾਸਤਰਾਂ ਨੇ ਇੰਨਾ ਕੁ ਸਰੂਪ ਕਥਨ ਕੀਤਾ ਹੈ, ਇਸ ਤੋਂ ਪਰੇ ਕਿਸੇ ਵੇਦ ਦੀ ਗਿਣਤੀ ਨਹੀਂ, ਕਿਸੇ ਸ਼ਾਸਤਰ ਦੀ ਗਿਣਤੀ ਨਹੀਂ ਹੈ। ਇਸ ਕਰਕੇ ਅਬ ਕੁਛ ਇਸ ਕਾਲ 'ਚ ਅਬ ਇਸ ਕਾਲ ਵਿੱਚ ਕੁਛ ਹੋਰ ਵੀ ਕੁਛ ਮਾਤਰ ਕਹਿ ਕੇ ਮਾਇਆ ਦਾ ਰੂਪ ਨਹੀਂ ਕਥਨ ਕੀਤਾ ਜਾ ਸਕਦਾ। ਹਾਂ, ਤੀਜੇ ਪਾਤਸ਼ਾਹ ਨੂੰ ਪੁੱਛਿਆ ਸੀ ਕਿ ਮਾਰਾ ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ? ਹਜ਼ੂਰ ਦਾ ਦੁੱਖ ਸੁੱਖ ਜੀ ਬੰਦ ਹੈ, ਸੋਨਾ ਕਰਮ ਕਮਾਏ। ਜਿਹੜਾ ਦੁੱਖ ਪ੍ਰਤੀਤ ਹੁੰਦਾ, ਸੁੱਖ ਪ੍ਰਤੀਤ ਹੁੰਦਾ, ਵਿਸ਼ੇਗਾ ਇਹ ਜੀਵ ਪ੍ਰਤੀਤ ਹੁੰਦਾ, ਬੰਧਨ ਪ੍ਰਤੀਤ ਹੁੰਦੇ ਆ, ਇਹ ਸਾਰੇ ਸਮੇਂ ਦੀ ਜੀਵ ਮਾਇਆ। ਅਤੇ ਸੋਨਾ ਦੇ ਕਰਮ ਜਿਹੜਾ ਕਮਾਉਂਦਾ ਇਹ ਮਾਇਆ ਕਰਮ ਕਮਾਉਂਦੀ ਹੈ। ਇਸ ਪ੍ਰਕਾਰ ਇਹ ਮਾਇਆ ਦਾ ਸਰੂਪ ਗੁਰੂ ਤੀਜੇ ਪਾਤਸ਼ਾਹ ਨੇ ਵਰਣਨ ਕੀਤਾ ਹੈ। ਇਹਨੂੰ ਉਪਰੰਤ ਹੁਣ ਕੁਛ ਕਥਨ ਨਹੀਂ ਕੀਤਾ ਜਾ ਸਕਦਾ ਜੀ। ਬਾਬਤ ਹੋਰ ਮਾਰ ਗਣ ਗਨ ਧਰਗ ਜਿਨ ਦਾ ਮਾਨ ਛੱਡ ਕੇ ਕਬੀਰ ਸਾਹਿਬ ਦੇ ਚਰਨੀ ਪੈ ਗਿਆ ਤੇ ਸੇਵਕ ਬਣ ਕੇ ਨਿਹਾਲ ਹੋਇਆ। ਇਸ ਪ੍ਰਕਾਰ ਕਬੀਰ ਸਾਹਿਬ ਨੇ ਇੱਕੋ ਟੁੱਕ ਨਾਲ ਉਸ ਵਿਦਵਾਨ ਨੂੰ ਜਿੱਤ ਲਿਆ ਜਿਹੜਾ ਮਾਨ ਕਰ ਰਿਹਾ ਸੀ ਵਿਦਿਆ ਦਾ। ਕਿਉਂ? ਕਬੀਰ ਸਾਹਿਬ ਨੇ ਜਦੋਂ ਪੰਡਿਤ ਨੂੰ ਜਿੱਤ ਲਿਆ ਉਹਦਾ ਚਰਚਾ ਕਰਨਾ ਬੰਦ ਹੋ ਗਿਆ। ਜਿਹੜਾ ਇਹ ਸਾਰ ਕੱਢੀ ਫਿਰਦਾ ਸੀ ਕਿ ਮੇਰੇ ਨਾਲ ਕੋਈ ਚਰਚਾ ਕਰ ਲਏ, ਉਦੋਂ ਬਾਦ ਸਾਹਿਬ ਸੰਗੇ ਜੀ ਜੋ ਵੀ ਕੋਲੇ ਬੈਠਾ ਸੀ ਸ਼ਰਾਬ ਪੀਣ ਦੀ ਆਦਤ ਸੀ ਧੱਕੀ ਲਾ ਕੇ, ਉਹ ਕਹਿਣ ਲੱਗਾ ਤੁਸੀਂ ਕਦੇ ਸ਼ਰਾਬ ਦੀ ਧੁੱਪ ਪੀ ਕੇ ਦੇਖੀ ਹੈ ਕਿ ਨਹੀਂ? ਅਨ ਹਜੇ ਬਾਜੇ ਖੁੱਲ ਜਾਂਦੇ ਪੀਣ ਨਾਲ, ਇਹ ਪੀਆ ਕਰ ਪੰਜ ਰਕਮੀ ਮਹੀਨਾ ਨੇ ਨਾ ਰੱਖਿਆ ਹੈਗਾ। ਫਿਰ ਇਸ ਪ੍ਰਕਾਰ ਕੱਢ ਕਰਕੇ ਪੀਣੀ, ਇਸ ਤਰ੍ਹਾਂ ਭੈੜਾ ਕੰਮ ਕਰਨਾ ਜਿਹੜਾ ਮਹਾਰਾਜ ਕਿਹਾ ਹੈ ਜਿੱਤ ਪੀਤੇ ਮਦ ਉਸਰੇ, ਜਿਸ ਵੇਲੇ ਪੀਣ ਕਰਕੇ ਅਕਲ ਉੱਚਾ ਹੀ ਨਾਸ ਹੋ ਜਾਂਦੀ ਹੈ, ਅਤੇ ਜਿੱਤ ਪੀਤੇ ਖਸਮ ਵਿਸਰੇ ਦਰਗੇ ਮਿਲੇ ਸਜਾਏ। ਆਪਣਾ ਪਰਾਇਆ ਨਾ ਪਛਾਣੀ, ਆਪਣੀ ਇਸਤਰੀ ਪਰਾਈ ਧੀ ਭੈਣ ਦੀ ਪਛਾਣੀ, ਅਸਲੋਂ ਧੱਕੇ ਖਾਏ ਵਾਹਿਗੁਰੂ ਵੱਲੋਂ ਧੱਕੇ ਖਾਂਦਾ ਹੈ, ਐਸਾ ਮਤ ਮੂਲ ਨਾ ਪੀਤੇ। ਇਹ ਜੀ ਸ਼ਰਾਬ ਤਾਂ ਹੀ ਨਹੀਂ ਪੀਣੀ ਚਾਹੀਦੀ। ਜੇ ਤਾਂ ਬਾਹਰ ਵਿਖਾਏ ਜਿੰਨਾ ਚਿਰ ਸਰੀਰ ਚ ਬਾਹਰ ਚੱਲਦਾ ਹੈ, ਜੇ ਪ੍ਰਾਣ ਵਗਦੇ ਤਾਂ ਕਦੇ ਸ਼ਰਾਬ ਨਹੀਂ ਪੀਣੀ ਚਾਹੀਦੀ। ਇਹ ਗੁਰੂ ਸਾਹਿਬ ਨੇ ਖੰਡਨ ਕੀਤਾ ਹੈ। ਇਸੇ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ, ਦਸਮ ਪਾਤਸ਼ਾਹ ਜੀ ਨੇ ਇੱਕ ਕੀਰਤਨ ਵਿੱਚ ਪ੍ਰਸੰਗ ਲਿਖਿਆ ਹੈ। ਇੱਕ ਪਠਾਣ ਸੀ, ਉਹ ਪਠਾਣ ਜਿਹੜਾ ਸੀ ਸ਼ਰਾਬ ਪੀਣ ਦੀ ਆਦਤ ਸੀ ਉਹ ਸੀ। ਇੱਕ ਛਤਰੀਆਂ ਦੀ ਲੜਕੀ ਦੇ ਉਹ ਮੋਹਤ ਹੋ ਗਿਆ, ਮੋਹਤ ਹੋ ਕੇ ਉਸਨੂੰ ਘਰ 'ਚ ਬੁਲਾਇਆ
ਉਹ ਸਤਰੂ ਨੇ ਆਪਣੇ ਧਰਮ ਰੱਖਣ ਵਾਸਤੇ ਕਿਹਾ ਕਿ ਹੋ ਪਠਾਣ ਹੈ ਤੇਰੀ ਪੁੱਤਰੀ ਦੇ ਪਾਸ ਮੇਰੀ ਸੂਜਾ ਹੋਵੇਗੀ। ਇਉਂ ਕਹਿ ਕੇ ਘਰ ਨੂੰ ਚਲੀ ਗਈ। ਜਦੋਂ ਪਠਾਣ ਸ਼ਰਾਬ ਚ ਬੇਹੋਸ਼ ਹੋ ਗਿਆ ਪੀ ਕੇ, ਉਸ ਵੇਲੇ ਆਪਣੀ ਲੜਕੀ ਦੇ ਨਾਲ ਹੀ ਮੰਦ ਕਰਮ ਕੀਤਾ। ਇਸ ਪ੍ਰਕਾਰ ਦੀ ਉਹਦੀ ਹਾਲਤ ਹੋਈ। ਜਿਸ ਰਾਜ ਕਲੀ ਦੀ ਕਰਦੀ ਨੇ ਲਿਖਿਆ, ਇੱਕ ਮਦੀ ਦੂਜੇ ਕਰਮ ਦੂਜੇ ਧਨ ਵੇ ਧਾਮ, ਪਾਪ ਕਰੇ ਦਿਨ ਕਿਉਂ ਬਚੇ ਬਚੇ ਵਿਚਾਰੇ ਆ। ਇੱਕ ਤਾਂ ਸ਼ਰਾਬੀ ਆਦਮੀ ਹੋਵੇ, ਦੂਜਾ ਘਰ 'ਚ ਪੈਸੇ ਹੋਣ, ਤੀਜਾ ਜਵਾਨ ਹੋਵੇ, ਪਾਪ ਕਰੇ ਤਾਂ ਨਹੀਂ ਬਚ ਸਕਦਾ ਉਹ। ਜੇ ਮਹਾਰਾਜ ਸਬੱਬ ਨਾ ਬਣ ਜਾਵੇ ਤਾਂ ਧਾਮ ਬਚ ਜਾਵੇ, ਹੋਰ ਕੋਈ ਪਾਪ ਕਰਨ ਤੋਂ ਬਚ ਨਹੀਂ ਸਕਦਾ ਸ਼ਰਾਬੀ ਆਦਮੀ। ਇਸ ਪ੍ਰਕਾਰ ਦੇ ਬਚਨ ਕਹੇ ਹੈ। ਕਿਵੇਂ ਸਾਹਿਬ ਸੰਗਤ ਜੀ ਅਸਮੇਰ ਹਾਰਾ ਜਿਹੜੇ ਭਰਾ ਸਨ ਜਨਮੇਜੇ ਦੇ ਪੁੱਤਰ, ਉਹਨਾਂ ਨੂੰ ਵੀ ਸ਼ਰਾਬ ਪੀਣ ਦੀ ਆਦਤ ਸੀ। ਸ਼ਰਾਬ ਪੀ ਪੀ ਕੇ ਨਾਚ ਵੇਖਦੇ ਰਹਿੰਦੇ ਸਨ। ਜਨਮੇਜੇ ਤੋਂ ਬਾਅਦ ਰਾਜ ਦੇ ਮਾਲਕ ਬਣ ਕੇ ਉਸ ਵੇਲੇ ਉਹਨਾਂ ਨੇ ਸ਼ਰਾਬ ਪੀ ਕੇ ਨੌਰੇ ਹਰ ਵਾਰ ਨੌਰ ਪਾਈ ਪੀਏ ਰੱਖਣੇ। ਉਹਨਾਂ ਦੀ ਇਹ ਹਾਲਤ ਵੇਖ ਕੇ ਅਜਾਇਬ ਸਿੰਘ ਜਿਹੜਾ ਜਿਹਨੂੰ ਰਾਜੇ ਰਜੀਆ ਦਾਸੀ ਦਾ ਪੁੱਤਰ ਕਹਿੰਦੇ ਸੀ, ਉਹ ਫੌਜਾਂ ਦਾ ਮਾਲਕ ਸੀ, ਕਪਤਾਨ ਸੀ। ਉਸ ਨੇ ਫੌਜਾਂ ਨੂੰ ਆਪਦੇ ਆਖੇ ਲਾ ਕੇ ਇਹ ਅਸਮੇਹ ਅਤੇ ਅਸਮੇਹ ਹਾਰੇ ਨੂੰ ਖਾ ਲਿਆ ਸੀ। ਫੜ ਕੇ ਭੱਜ ਕੇ ਜੋ ਚਲੇ ਗਏ ਸਨੌਰ ਦੇਸ਼ ਵਿੱਚ, ਉੱਥੇ ਜਾ ਕੇ ਬ੍ਰਾਹਮਣਾਂ ਦੀ ਜ਼ਮੀਨ ਤੋੜ ਗਏ ਅਤੇ ਆਪਦਾ ਧਰਮ ਹਾਰਤਾ। ਇਸ ਪ੍ਰਕਾਰ ਦੀ ਹਾਲਤ ਹੋਈ ਸੀ। ਉਹਨਾਂ ਦਾ ਰਾਜ ਗਿਆ। ਕਲਯੁਗ ਧਰਮ ਗਿਆਨ ਪ੍ਰੇਤ ਲਿਖਿਆ, ਮਦ ਕਰ ਅੰਧ ਪਏ ਜੇ ਰਾਜਾ, ਤਿਨਕੇ ਗਏ ਰਾਜਾ। ਜਿਹੜੇ ਰਾਜੇ ਸ਼ਰਾਬ ਕਰਕੇ ਨਹੀਂ ਹੋ ਗਏ ਹੈ, ਜਿਵੇਂ ਅਸਮੇਹ ਅਤੇ ਅਸਮੇਹ ਹਾਰੇ ਦਾ ਜਨਮੇਜੇ ਦੇ ਪੁੱਤਰਾਂ ਦਾ ਰਾਜ ਗਿਆ, ਉਹਨਾਂ ਦਾ ਰਾਜ ਖਤਮ ਹੋ ਜਾਂਦਾ ਹੈ। ਇਹ ਹਾਲਤ ਹੁੰਦੀ ਹੈ। ਸੋ ਇਸ ਪ੍ਰਕਾਰ ਕਿਵੇਂ ਸਾਹਿਬ ਸੰਗਤ ਜੀ, ਜੋ ਆਦਮੀ ਇਸ ਧਰਮੀ ਸ਼ਰਾਬ ਨੂੰ ਨਹੀਂ ਛੱਡੇਗਾ, ਉਹ ਗੁਰੂ ਦਾ ਦੇਣਦਾਰ ਹੋਵੇਗਾ। ਸੋ ਮਹਾਰਾਜ ਸਾਹਿਬ ਕਬੀਰ ਸਾਹਿਬ ਜੀ ਗੁਰੂ ਜੀ ਨੂੰ ਦੱਸਦੇ ਹਨ, ਹੋਰ ਨਾਲ ਗਣਗਨ ਦਰਗ ਗੁਣ ਦੇਵਤੇ। ਇਹ ਮਾਇਆ ਦਾ ਪ੍ਰਤਾਪ ਦੱਸੋ ਜੀ, ਪੰਡਿਤ ਨੂੰ ਪੁੱਛਿਆ ਸੀ। ਇਹਨਾਂ ਪੰਡਿਤਾਂ ਦਾ ਜ਼ਿਕਰ ਇਸ ਵਿੱਚ ਹੋ ਰਿਹਾ। ਕਹਿੰਦੇ ਜੀ ਮਾਇਆ ਦਾ ਪ੍ਰਤਾਪ ਕਿਹਾ ਗਿਆ, ਰੂਪ ਦਾ ਤੁਸੀਂ ਦੱਸ ਦਿੱਤਾ। ਕਹਿੰਦੇ ਪ੍ਰਤਾਪ ਸਿੰਘ ਹੋ ਪੰਡਿਤ, ਫਿਰ ਦੇਵਤੇ ਨਰ ਮਨੁੱਖ ਗਣ ਗੰਧਾਰੋ ਸ਼ਿਵ ਜੀ ਦੇ ਕੌਣੋ ਸੋਣੋ ਆਦਿਕ ਜਿਸ ਮਾਹਰ ਹਾਹ ਆਦਿਕ ਨਰ ਵੀ ਮੋਹਤ ਕਰ ਲਏ। ਹਰ ਵਕਤ ਨਾਚ ਹੀ ਵੇਖਦੇ ਰਹਿੰਦੇ ਪੁੱਛਾਂ ਭਵਨ ਲੋਕ ਲੀਲਾ। ਉਹਨਾਂ ਨੂੰ ਇਸ ਮਾਇਆ ਨੂੰ ਲੋਕ ਲਈ ਹਰੀ ਦਾ ਨਾਂ ਹੁੰਦਾ। ਜਿਵੇਂ ਸਾਹਿਬ ਸੰਗਤ ਜੀ, ਪਸ਼ੂਆਂ ਦੇ ਜਿਹੜੇ ਮਾਰਨ ਖੰਡੇ ਪਸ਼ੂ ਹੋਣ, ਜਿਹੜੇ ਖੇਤਾਂ ਚੱਲ ਜਾਣ, ਉਹਨਾਂ ਦੇ ਕਾਠ ਦੀ ਦੇਰੀ ਪਾ ਦੀ ਗਈ ਹੈ ਪਸ਼ੂਆਂ ਦੇ। ਇਸ ਪ੍ਰਕਾਰ ਇਹ ਮਾਇਆ ਨੂੰ ਹਰੀ ਨਾ ਕਾਠ ਦੀ ਦੇਰੀ ਪਾ ਛੱਡੀ ਹੈ। ਇਹ ਮੋਹ ਰੁਚੀ ਮਾਇਆ ਨੇ ਇਸ ਪ੍ਰਕਾਰ ਸਾਰੀ ਦੁਨੀਆਂ ਨੂੰ ਵਸ ਕਰ ਲਿਆ ਹੈ। ਦੇਵਤਿਆਂ ਨੂੰ, ਮਨੁੱਖਾਂ ਨੂੰ, ਗੰਧਰਵਾਂ ਨੂੰ, ਗਣਾਂ ਨੂੰ, ਸਾਰਿਆਂ ਨੂੰ ਮੋਹਤ ਕਰਕੇ ਤਿੰਨਾਂ ਭਵਨਾਂ ਨੂੰ ਇਹ ਮੇਸ ਨੂੰ ਲਾਈ, ਇਹ ਹਰੀ ਲਾ ਛੱਡੀ ਹੈ। ਜਾਂ ਇੱਕ ਹਰੀ ਹੋਰ ਹੁੰਦੀ ਹੈ, ਜਿਵੇਂ ਖੋਤੇ ਸਾਹਿਬ ਸਿੰਘ ਜਿੱਥੇ ਹੁੰਦੇ ਹੈ, ਉਹਨਾਂ ਦੇ ਪੈਰਾਂ 'ਚ ਪੈਖੜ ਪਾ ਕੇ ਇੱਕ ਲਾਸ਼। ਇਉਂ ਇਸੇ ਪ੍ਰਕਾਰ ਲੋਕ ਕਰਦੇ ਆ ਜਿਹੜੇ ਮੰਡੀਆਂ 'ਚ ਲਿਜਾਉਂਦੇ ਆ ਪਸ਼ੂਆਂ ਨੂੰ, ਉਹ ਇੱਕ ਲੰਮੀ ਲਾਸ਼ ਦੇ ਨਾਲ ਪਸ਼ੂਆਂ ਦੇ ਖੁਰਾਂ ਨਾਲ ਬੰਨ੍ਹ ਕੇ ਛੋਟੇ ਛੋਟੇ ਰੱਸੇ ਉਹਨਾਂ ਦੇ ਤਾਂ ਜੂੜੀਆਂ ਪਾ ਕੇ ਖੜਾ ਕਰ ਲੈਂਦੇ ਆ। ਇਸੇ ਪ੍ਰਕਾਰ ਤਿੰਨਾਂ ਭਵਨਾਂ ਨੂੰ ਇਸ ਮਾਇਆ ਨੂੰ ਲੇਖ ਲਈ, ਉਹਦਾ ਨਾਂ ਹੜੀ ਹੈ, ਜਿਹੜਾ ਪੈਰ 'ਚ ਪਸ਼ੂਆਂ ਦੇ ਰੱਸਾ ਪਾ ਕੇ ਇੱਕ ਲਾਸ਼ ਨੇ ਕੀਲੇ ਗੱਡ ਕੇ ਬੰਨ੍ਹ ਛੱਡਣਾ। ਇਸ ਪ੍ਰਕਾਰ ਦੀ ਤਿੰਨਾਂ ਭਵਨਾਂ ਦੇ ਤਾਂ ਇਸ ਮਾਇਆ ਨੇ ਲੇਖ ਲਈ ਲਾਈ ਹੋਈ ਹੈ, ਇਹ ਹੜੀ ਲਾਈ ਹੋਈ ਹੈ। ਇਸ ਪ੍ਰਕਾਰ ਦੀ ਹਾਲਤ ਹੈ ਇਸ ਮਾਇਆ ਦੀ। ਦੂਸਰਾ ਹੋਰ ਅਰਥ ਇਸੇ ਤਰ੍ਹਾਂ ਹੈ, ਭਵਨ ਲੇਖ ਲਈ ਲਾਈ ਭਵਨਾਂ ਦੇ ਤਾਂ ਲੇਖ ਲਈ ਨਾਂ ਸਾਹਿਬ ਸਿੰਘ ਜੀ ਲੇਖ ਦਾ ਨਾਂ ਹੁੰਦਾ ਹੈ। ਜਿਵੇਂ ਜਾਦੂਗਰ ਜਿਹੜੇ ਹੁੰਦੇ ਹੈ, ਉਹ ਕਈ ਆਦਮੀ ਸੇਵਾ ਜਗਾ ਲੈਂਦੇ ਹੈ। ਸੇਵਾ ਜਗਾ ਕੇ ਜਦੋਂ ਬੇਗਤ ਹੋਇਆ ਆਦਮੀ ਮਰਿਆ ਹੋਇਆ ਉੱਠਦੀ ਹੈ ਰੂਹ, ਉਸ ਵੇਲੇ ਕੀਲੀ ਉਹਦੇ ਸਿਰ 'ਚ ਫੂਕ ਦਿੰਦੇ ਹੈ। ਉਹ ਕੀਲੀ ਉਹਦੇ ਸਿਰ 'ਚ ਫੁੱਕ ਜਾਂਦੀ ਹੈ, ਫਿਰ ਉਹ ਰੂਹ ਬਸ ਹੋ ਜਾਂਦੀ ਹੈ। ਜੋ ਚਾਹੁੰਦੇ ਉਸ ਤੋਂ ਕੰਮ ਕਰਾਉਂਦੇ ਹੈ। ਇਸੇ ਪ੍ਰਕਾਰ ਮਾਇਆ ਨੂੰ ਮੋਹ ਰੁਕੀ ਇਹ ਮੇਖ ਸੇਵਾ ਜਗਾਉਣ ਵਾਲੇ, ਉਹ ਦੇ ਮਾਰਗ ਮੂਸੇ ਮੰਤਰ ਨਿਸ਼ਾਨ ਵਾਲਿਆਂ ਦੀ ਨਿਆਏ ਤਿੰਨਾਂ ਭਾਵਾਂ 'ਚ ਮੋਹ ਰੁਕੀ ਮੇਖ ਦੀ ਮੇਖ ਲਾਲ ਛੱਡੀ ਹੈ। ਸਾਰਿਆਂ ਨੂੰ ਆਪਦੇ ਵੱਸ ਕਰ ਛੱਡਿਆ ਹੈ, ਆਪਦੇ ਅਧੀਨ ਕਰ ਛੱਡਿਆ, ਕਿਸੇ ਨੂੰ ਇਸ ਮਾਇਆ ਨੂੰ ਛੱਡਿਆ ਨਹੀਂ ਹੈ। ਇਹੀ ਵੀ ਪ੍ਰਬਲ ਮਾਇਆ ਹੈ। ਜਾਂ ਮੇਖ ਦੀ ਸਾਧ ਸੰਗਤ ਜੀ ਗੋਦੜੀ ਹੁੰਦੀ ਹੈ, ਜਿਸ ਪ੍ਰਕਾਰ ਗੋਦੜੀ ਹੁੰਦੀ ਹੈ, ਉਹ ਇਧਰ ਪੋਠੋ ਆਰ ਵਿੱਚ ਦੇਖਣ 'ਚ ਆਉਂਦੀਆਂ ਸਨ। ਇੱਕੋ ਹੀ ਰਜਾਈ, ਇੱਕੋ ਹੀ ਤਖਤ ਪੋਸ਼ ਹੁੰਦਾ ਸੀ, ਉੱਥੇ ਸਾਰੇ ਮੁਸਾਫਰ ਆ ਕੇ ਪੈ ਜਾਂਦੇ ਸੀ, ਨੀਂਦ ਦੇ ਵੱਸ ਹੋ ਜਾਂਦੇ ਸੀ। ਇਸੇ ਪ੍ਰਕਾਰ ਮਾਇਆ ਨੇ ਜਿਹੜੀ ਮਮਤਾ ਰੂਪੀ ਉਹ ਮੇਖ ਦੀ ਗੋਦੜੀ ਹੈ, ਤਿੰਨਾਂ ਭਾਵਾਂ ਨੂੰ ਲਾ ਛੱਡੀ ਹੈ। ਸਾਰੇ ਤਿੰਨਾਂ ਭਾਵਾਂ ਦੇ ਸਵਰਗ ਦੇ, ਮਾਤ ਲੋਕ ਦੇ, ਜਿੰਨੇ ਜੀਵ ਜੰਤ ਹੈ,
ਇਸ ਗੋਦੜੀ ਵਿੱਚ ਸੁੱਤੇ ਪਏ ਆ ਮਾਇਆ ਦੇ ਮੋਹ ਵਿੱਚ, ਕਿਸੇ ਨੂੰ ਯਾਦ ਨਹੀਂ ਆਉਂਦੀ। ਹੋਰ ਕਰਸੇ ਤਿੰਨ ਪਰਮੇਸ਼ਰੀ ਲਾਈ ਤਿੰਨਾਂ ਭਵਨਾਂ ਦੇ ਤਾਈ, ਇਸ ਪ੍ਰਕਾਰ ਵਾਸ਼ਨਾ ਰੂਪੀ ਮੇਖਲੀ ਖੜੀ ਲਾ ਛੱਡੀ ਹੈ, ਸਾਰਿਆਂ ਨੂੰ ਪਸ਼ੂਆਂ ਦੀ ਨਾਲ ਬੰਨ ਛੱਡਿਆ ਹੈ। ਮੇਖਲੀ ਨਾਲ ਕਾਠ ਦੀਆਂ ਖੁੱਲੀਆਂ ਹੁੰਦੀਆਂ ਜਿਵੇਂ ਮਾਝੇ ਦੀਆਂ, ਉਹਨਾਂ ਦੇ ਪਸ਼ੂਆਂ ਨੂੰ ਬੰਨ ਦੇਈਦਾ। ਇਸੇ ਪ੍ਰਕਾਰ ਤਿੰਨਾਂ ਭਵਨਾਂ ਨੂੰ ਮਾਇਆ ਨੇ ਵਾਸ਼ਨਾ ਰੂਪੀ ਮੇਖਲੀ ਲਾ ਛੱਡੀ ਹੈ, ਉਸ ਮੇਖ ਨਾਲ ਸਾਰੀ ਦੁਨੀਆਂ ਬੰਨ ਛੱਡੀ ਹੈ। ਰਾਜਾ ਰਾਮ ਅਨਹਦ ਕੁੰਗਰੀ ਬਾਜਾ ਕਹਿਣ ਲੱਗਾ, ਮਹਾਰਾਜ ਥੋੜੀ ਜੋਗੀ ਕਹਿਣ ਲੱਗਾ, ਮੇਰੀ ਗੱਲ ਸੁਣ ਕਬੀਰ, ਜੇ ਥੋੜੀ ਜਿਹੀ ਸ਼ਰਾਬ ਪੀ ਲਿਆ ਕਰੇ ਤੇਰੇ ਅਨਹਦ ਬਾਜੇ ਖੁੱਲ ਜਾ। ਅਨਹਦ ਬਾਜੇ ਵੱਜ ਪੈਂਦੇ ਆ, ਜਿਵੇਂ ਕਈ ਇਹੋ ਜਿਹੇ ਕਮਲੇ ਆਦਮੀ ਹੋਏ ਆ ਸ਼ਰਾਬਾਂ ਪੀ ਪੀ ਕੇ, ਮਗਰ ਉਹ ਕਹਿੰਦੇ ਆ ਸਾਡੇ ਅਨਹਦ ਬਾਜੇ ਵੱਜਦੇ। ਹਜ਼ੂਰ ਫਰਮਾਉਂਦੇ ਹਨ ਰਾਜਾ ਰਾਮ ਅਨਹਦ ਕੁੰਗੜੀ ਬਾਜਾ ਹੋ ਗਿਆ, ਕਿਉਂ ਹੰਕਾਰ ਕਰਦੇ, ਸ਼ਰਾਬ ਪੀ ਕੇ ਕਮਲਾ ਹੋਇਆ, ਤੇਰੀ ਮੱਤ ਮਾਰੀ ਗਈ ਹੈ। ਮੇਰੇ ਤਾਂ ਰਾਜਾ ਰਾਮ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਉਹਦੇ ਨਾਲ ਅਨਹਦ ਇੱਕ ਰਸ ਜਿਹੜੀ ਦਸਵੇਂ ਦੌਰ ਦੇ ਬਾਜੇ ਕਰ ਪੰਤੀ ਵਿੱਚ ਚਰਮ ਕਾ ਕਣਕਾਂਸੀ ਕਾ ਜਾਨ ਨਾਲ ਸਬਦ ਘੱਟ ਕੋਈ ਕਹਿਤ ਸਵਾਸ ਤੋਂ ਫਿਰ ਪਹਿਚਾਣ, ਇਹੋ ਹੀ ਕਿੰਗ ਵੱਜ ਰਹੀ ਹੈ, ਕਿੰਕਣੀ ਵੱਜ ਰਹੀ ਹੈ। ਤੱਤ ਤਾਰ ਦੇ ਬਾਜੇ ਜਿੰਨੀ ਹੈ ਪੰਤੀ, ਕੰਤੀ ਤਾਰ ਦੇ ਜਿਹੜੇ ਵਾਜੇ ਨੂੰ ਕੰਤੀ ਕਹਿੰਦੇ ਆ, ਤੇ ਚਰਮ ਦਿਆਂ ਨੂੰ ਬਿੱਤ ਵਾਜੇ ਕਹਿੰਦੇ ਹਨ, ਤੇ ਕਣਕਾਂਸੀ ਕਾ ਜਾਨ ਕਾਸੀ ਆਦਿਕਾਂ ਦੇ ਘੜਿਆਰਾਂ ਦੇ ਆਵਾਜ਼ ਜਿਹੜੀ ਹੈ ਇਹਨਾਂ ਨੂੰ ਕੰਨ ਸ਼ਬਦ ਕਰਕੇ ਜਾਣਿਆ ਜਾਂਦਾ ਹੈ। ਇਸੇ ਪ੍ਰਕਾਰ ਨਾਰ ਸ਼ਬਦ ਘੜੇ ਦੇ ਵਿੱਚੋਂ ਪੋਲ ਤੋਂ ਜਿਹੜੀ ਆਵਾਜ਼ ਆਉਂਦੀ ਉਹਨੂੰ ਨਾਰ ਸ਼ਬਦ ਕਹਿੰਦੇ ਆ। ਸਾਹਾਂ ਨਾਲ ਬੀਨਾ ਮਛੀਆਂ ਵਜਾਉਣ ਵਾਲੀਆਂ ਨੂੰ ਸੁਖ ਵਾਜੇ ਕਹਿੰਦੇ ਆ। ਇਹ ਭਾਵਾ ਜਿਹੜੇ ਅਨਹਦ ਮੰਨੇ ਨੇ ਜੋਗੀਆਂ ਨੇ, ਮੇਰੇ ਕਹਿੰਦੇ ਰਾਜੇ ਰਾਮ ਦੇ ਨਾਮ ਕਰਕੇ ਹੀ ਇਹ ਦਸਵੇਂ ਦੌਰ ਦੇ ਬੱਜੇ ਵਾਜੇ ਵੱਜੇ ਆਏ ਹਨ। ਜਾਤੀ ਦੇਸ਼ ਕੇ ਨਾਦ ਮਿਲ ਲੱਗ ਗਏ, ਜੋਗੀ ਗੁਰੂ ਨੇ ਕੀਤੀ ਹੈ ਕਿਰਪਾ ਦ੍ਰਿਸ਼ਟੀ, ਉਹਦੀ ਦ੍ਰਿਸ਼ਟੀ ਵਿੱਚ ਇੱਕ ਜਿਹੜਾ ਅਨਹਦ ਸ਼ਬਦ ਹੈ ਅੰਦਰੋਂ ਅਜੱਬਾ ਜਾ ਪਰਮੇਸ਼ਵਰ ਦਾ ਪ੍ਰਗਟ ਹੋਣਾ, ਸਾਰਿਆਂ ਰੋਵਾਂ ਰੋਵਾਂ 'ਚ ਪਰਮੇਸ਼ਵਰ ਦੇ ਨਾਮ ਦੀਆਂ ਸਰਨਾਤੇ ਆਉਣੇ, ਪ੍ਰਭ ਕ੍ਰਿਸ਼ਨ ਅਨਹਦ ਚਮਕਾਰ ਉਹਨਾਂ ਦੀ ਲਿਵ ਲੱਗ ਜਾਂਦੀ ਉਸ ਬਾਜਿਆਂ ਦੇ ਵਿੱਚ ਜਿਹਨਾਂ 'ਤੇ ਜੋਗੀ ਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਰਹਾਉ ਪਾਠੀ ਗਗਨ ਸੁਣਿਆ ਅਰ ਸੁਣਿਆ, ਪੱਠੀ ਲਾ ਲੈਂਦੇ ਤਾਂ ਸ਼ਰਾਬ ਬਣਾਉਣਾ, ਅਤੇ ਫਿਰ ਦੋ ਨਾਲੀਆਂ ਲਾਉਣਾ ਹਾਂ ਜਿਸ ਨਾਲੀ ਦੇ ਨਾਲ ਵਿੱਚੋਂ ਸ਼ਰਾਬ ਦਾ ਅਰਕ ਜਿਹੜਾ ਹੈ ਉਹ ਨਿਕਲਦਾ ਹੈ, ਅਤੇ ਉਹ ਨਾਲੀ ਦੀਆਂ ਦੋ ਫਾੜਾਂ ਹੁੰਦੀਆਂ ਹਨ ਜਿਹੀਆਂ, ਤੂੰ ਕਿਹੜੀ ਸ਼ਰਾਬ ਕੱਢੀ ਦੱਸਦਾ ਤਾਂ ਦੱਸਦੇ ਹਨ ਕਬੀਰ ਸਾਹਿਬ ਜੀ। ਰਹਾਉ ਪਾਠੀ ਗਗਨ ਸੁਣਿਆ ਅਰ ਸੁਣਿਆ, ਗਗਨ ਦਸਵਾਂ ਦੁਆਰ ਹੈ ਜਿਹੜਾ, ਇਹ ਪੱਠੀ ਅਸੀਂ ਸਮਝੀਏ, ਅਤੇ ਸੁਣਿਆ ਅਰ ਚੁਣੀਆਂ, ਸੁਣਿਆ ਸੱਜੀ ਜਿਹੜੀ ਸੁਰ ਹੈ ਚੁੰਗਲਾ, ਅਤੇ ਚੁਣੀਆਂ ਖੱਬੀ ਸੁਰ ਹੈ ਜਿਹੜੀ ਇੜਾ, ਇਹ ਦੋ ਨਾਲੀਆਂ ਹੋਣਗੀਆਂ, ਇਹ ਦੋ ਫਾਕੜਾਂ ਹੋਣਗੀਆਂ ਜੋਗਾ ਵਿਆਸੀ ਦੇ ਸ਼ਰਾਬ ਕੱਢਣ ਵਾਸਤੇ, ਇਹ ਜੋਗਾ ਨੰਦ ਵਿੱਚ ਸ਼ਰਾਬ ਪ੍ਰਗਟ ਕਰਨ ਵਾਸਤੇ। ਜੋਗੀ ਨੇ ਦਸਵੇਂ ਦੌਰ ਵੱਲ ਨੂੰ ਸਰਮੋ ਕੀਤਾ ਪ੍ਰਾਣਾਯਾਮ ਕਰਕੇ, ਇਹ ਸੋਨੇ ਦੇ ਘੜੇ ਵਰਗਾ ਸਿੱਧ ਚਿੱਤ ਹੈ, ਸਿੱਧ ਆਪਣਾ ਹਿਰਦਾ ਹੈ, ਇਹ ਸੋਨੇ ਦੇ ਘੜੇ ਵੀ ਨੇ। ਇਹਦੇ ਜਿਹੜਾ ਜੋਗਾ ਨੰਦਨ ਹੈ ਸਾਰਿਆਂ ਦੇ ਸਾਹਿਬ ਸਿੰਘ ਦੀ ਮਿੱਠੀ ਤਸਵੀਰ ਦਸਵੇਂ ਦੌਰ 'ਤੇ ਡੁੱਬਦੀ ਹੈ, ਉਹ ਜਠਰਾਗਨ 'ਤੇ ਦੇ ਕਰਕੇ ਸਰ ਜਾਂਦੀ ਹੈ, ਸੌ ਹੋ ਜਾਂਦੀ ਹੈ, ਤਾਂ ਇਹ ਵਾਧੂ ਅਤੇ ਚਿੱਤ 'ਤੇ ਕਾਫਰ ਹੋਮ ਚਿੰਬੜੇ ਹੁੰਦੇ ਆ। ਉਹ ਜੋਗੀ ਜਿਹੜੇ ਹੈ ਉਹ ਹਿਰਦੇ ਨੂੰ ਸਿੱਧਾ ਕਰਕੇ ਹਿਰਦੇ ਕਵਲ ਨੂੰ, ਉਹ ਦਸਵੇਂ ਦੌਰ ਜਿਹੜੀ ਮਿੰਝ ਹੈ ਜਿਹੜੀ ਜੋਗਾ ਨੰਦ ਦਾ ਮਿੱਠਾ ਰਸ ਹੈ ਕਫ ਦਾ, ਉਹ ਹਿਰਦੇ 'ਚ ਲੈਂਦੇ, ਇਸ ਕਰਕੇ ਉਹਨਾਂ ਦੀ ਉਮਰ ਵੱਧ ਜਾਂਦੀ ਹੈ, ਉਹਨਾਂ ਨੂੰ ਵਾਧੂ ਅਤੇ ਚਿੱਤ 'ਤੇ ਕਫ ਅਤੇ ਰੀੜ ਵਗਾਲ ਨਹੀਂ ਹੁੰਦਾ, ਅਤੇ ਉਹਨਾਂ ਨੂੰ ਲਾਭ ਪ੍ਰਾਪਤ ਹੁੰਦਾ ਇਸ ਜਿਹੜੀ ਮਿੱਠੀ ਮਿੰਝ ਹੈ ਉਸ ਦੇ ਗ੍ਰਹਿਣ ਕਰਨੇ ਕਰਕੇ, ਕਫ ਦੇ ਤਾਂ ਗ੍ਰਹਿਣ ਕਰਨੇ ਕਰਕੇ ਮਿੱਠੀ ਦੇ ਦਸਵੇਂ ਦੌਰ 'ਤੇ। ਜਿਵੇਂ ਕੌੜੀ ਸਾਹਿਬ ਸਿੰਘ ਦੀ ਉਮਰ ਵੀ ਹੁੰਦੀ ਹੈ, ਉਹਦੇ 'ਚ ਦਾਲ ਉੱਤੇ ਉੱਠ ਉੱਠ ਕੇ ਦਾਲ ਦੇ ਵਿੱਚੋਂ ਕਿਣਕੇ ਉਹਦੇ ਉੱਤੇ ਚੱਪਣ ਦੇ ਲੱਗ ਜਾਂਦੇ ਹੈ, ਚੱਪਣ 'ਤੇ ਲੱਗ ਲੱਗ ਕੇ ਫਿਰ ਵਿੱਚ ਰਸ ਉਹਦਾ ਵਿੱਚੇ ਦਾਲ ਦੇ ਡੁੱਬਦਾ ਰਹਿੰਦਾ। ਇਵੇਂ ਸਾਹਿਬ ਸਿੰਘ ਜੀ ਜੋ ਖਾਧੀ ਪੀਤੀ ਖੁਰਾਕ ਹੈ ਜਿਸਰਾ ਦੀ ਭੱਠੀ ਦੇ ਨਾਲ, ਇਹ ਦਿਮਾਗ ਨੂੰ ਉੱਠ ਕੇ ਸਾਰੀ ਰਸ ਘੰਟ ਤੋਂ ਪਹਿਲਾਂ ਜਾਂਦੀ ਹੈ, ਉਸ ਰਸ 'ਚ ਰਕਤ ਬਿੰਦ ਇਤਿਹਾਸ ਕੱਠ ਘੰਟਵਾਂ ਬਣਦੀ ਹੈ, ਉਹ ਜਿਹੜੀ ਵਿੱਚੋਂ ਮਿੰਝਦੀ ਹੈ ਉਹ ਸਭ ਸੰਗੀ ਸਾਰਿਆਂ ਦੀ ਜਿਸਰਾ ਆਦਮੀ ਉੱਤੇ ਡੁੱਬਦੀ ਹੈ, ਉਹ ਸਾਰਿਆਂ ਦੀ ਡੁੱਬਣੇ ਕਰਕੇ ਉਹ ਸਾਹ ਹੁੰਦੀ ਜਾਂਦੀ ਹੈ। ਜੋ ਵੀ ਹਿਰਦੇ ਕਵਲ 'ਚ ਲੈ ਲੈਂਦੇ ਸਿੱਧਾ ਕਰਕੇ ਪ੍ਰਾਣਾ ਜਾਮ ਕਰਕੇ, ਅਪਾਨ ਬਾਜੀ ਅਤੇ ਪ੍ਰਾਣ ਬਾਜੀ ਨੂੰ ਇਕੱਠੀ ਰੋਕ ਕੇ
ਇਸ ਪ੍ਰਕਾਰ ਉਹ ਧਾਰਨ ਕਰ ਲੈਂਦੇ ਹੈ। ਇਸ ਕਰਕੇ ਵਾਜ ਚਿੱਤ ਕਮਰੇ ਦੇ ਵਿਗਾੜ ਤੋਂ ਬਚ ਰਹਿੰਦੇ ਹੈ। ਇਹ ਕਹਿੰਦੇ ਸੁਨਹਿਰੀ ਘੜਾ ਹੈ ਅਸੀਂ ਜਿਹੜਾ ਪਾਉਣਾ ਕੀਤਾ, ਕਬੀਰ ਜੀ ਕਹਿੰਦੇ ਹਨ, ਜਿਸ ਵਿੱਚ ਯੋਗਾਨੰਦ ਵਿੱਚ ਸ਼ਰਾਬ ਨੂੰ ਪ੍ਰਾਪਤ ਕੀਤਾ ਹੈ। ਇਸ ਵਿੱਚ ਧਾਰ ਕਿਹਾ ਅਤਿ ਨਿਰਮਲ, ਉਹਦੇ ਧਾਰ ਕੀ ਹੁੰਦੀ ਹੈ ਸ਼ਰਾਬ ਦੀ, ਅਤੇ ਅੰਤ ਸਾਹ ਪਹਿਲੇ ਤੌਰ ਦੀ ਸ਼ਰਾਬ ਹੁੰਦੀ ਹੈ। ਇੱਧਰ ਕਹਿੰਦੇ ਅਚਨ ਨਿਰਮਲ ਜਿਹੜਾ ਚਿੱਤ ਹੋ ਗਿਆ ਜੋਗੀ ਦਾ, ਵਾਸਨਾ ਤੋਂ ਰਹਿਤ ਹੋ ਕੇ ਅਤਿਅੰਤ ਉਜਲੇ ਘਰ ਜੋਗਾ ਮਨ ਦੀ ਚੁੰਦੀ ਹੈ। ਮਿੱਠੀ ਕਸ ਦਾ ਰਸ ਹੈ ਜਿਹੜਾ ਰੂਪ ਰਸਨ ਹੈ, ਰਸਨ ਰਸਾਂ ਵਿੱਚੋਂ ਕਹਿੰਦੇ ਰਸਨਾ ਵੀ ਕਈ ਹਲਕ ਚ ਲਾ ਲੈਂਦੇ ਹੈ। ਜਿਹਨੇ ਜਵਾਨ ਸਾਹਿਬ ਸਿੰਘ ਦੀ ਲੰਮੀ ਦਵਾਈਆਂ ਮਲ ਮਲ ਕੇ ਕਰ ਲੈਂਦੇ ਹੈ, ਜਿਹਨੇ ਮੱਥੇ ਵਿੱਚ ਲੱਗ ਜਾਏ ਨਾ ਜਵਾਨ ਜੋਗੀ ਦੀ ਤਾਂ ਖਿੱਚ ਕੇ ਉਹ ਫਿਰ ਸੰਘ ਚ ਦੇ ਲੈਂਦੇ ਹੈ। ਸੰਘ ਚ ਦੇਣ ਕਰਕੇ ਰਸਨਾ ਚ ਵੀ ਰਸ ਹੈ, ਉਹ ਮਿੱਠੀ ਕਸ ਦਾ ਸਾਹ ਰਸਨਾ ਚ ਵੀ ਆਉਂਦਾ। ਇਹ ਰਸਾਂ ਚੋਂ ਯੋਗਾਨੰਦ ਦੇ ਰਸ ਨੂੰ ਚੋਣਾ ਕੀਤਾ ਹੈ। ਏਕ ਦੀ ਬਾਤ ਅਨੇਕ ਬੋਲੀ ਹੈ, ਫਿਰ ਬੋਲਿਆ ਸ਼ਰਾਬ ਕਰਨ ਆ ਕਹਿੰਦੇ ਰਸਦਾਂ ਜੀ ਵਿੱਚ ਸੰਦੂਰੀ ਪੋਟੜੀ ਜਾਂ ਹਰੇ ਰੰਗ ਦੀ ਪੋਟੜੀ ਸ਼ਰਾਬ ਸੁਣ ਲੈਂਦੇ, ਉਹ ਰੰਗ ਦੀ ਸ਼ਰਾਬ ਬਣ ਜਾਂਦੀ ਹੈ। ਤੁਸੀਂ ਕਿਹੜੀ ਪੋਟੜੀ ਉਹ ਸਿੱਕੀ ਹੈ, ਬੰਨੀ ਕਿਹੜੀ ਚਾੜੀ ਹੈ, ਤਾਂ ਸੁਣ ਕੇ ਕਬੀਰ ਸਾਹਿਬ ਜੀ ਉੱਤਰ ਦਿੰਦੇ ਹਨ। ਏਕ ਦੀ ਬਾਤ ਅਨੇਕ ਬੰਨੀ ਹੈ, ਜਿਹੜੀ ਯੋਗਾ ਅਭਿਆਸ ਦੀ ਬਾਤ ਯੋਗੀਆਂ ਦੇ ਪਾਸੋਂ ਪੁੱਛੀ ਹੈ, ਯੋਗਾਨੰਦ ਵਾਸਤੇ ਦਸਵੇਂ ਦੌਰ ਦੀ ਕਿਰਾਨ ਕਢਾਉਣ ਦੀ, ਇਹੋ ਉਪਮਾ ਤੋਂ ਰਾਤ ਬੰਨੀ ਇਹੋ ਹੀ ਸੰਦੂਰੀ ਬੰਨੀ ਚਾੜੀ ਹੋਈ ਹੈ। ਹੋ ਜੋਗੀ ਫਿਰ ਤੁਸੀਂ ਜਿਹੜਾ ਧਿਆਨ ਕਰਨਾ ਹੈ, ਪਵਨ ਪਿਆਲਾ ਸਾਜੋ, ਜਿਹੜੇ ਸਵਾਸ ਹੈ ਪ੍ਰਾਣਾਯਾਮ ਕਰਨਾ ਹੈ, ਪ੍ਰਾਣ ਅਪਾਨ ਵਾਯੂ ਨੂੰ ਰੋਕਣਾ ਹੈ, ਇਹੋ ਹੀ ਪਿਆਲਾ ਸਜਾਉਣਾ ਕੀਤਾ, ਪ੍ਰਾਣਾਯਾਮ ਜਿਹੜਾ ਕੀਤਾ ਹੈ। ਤੀਨ ਪਵਨ ਮਹਿ ਇੱਕ ਜੋਗੀ, ਪਵਨ ਚ ਕੋਈ ਇੱਕ ਅੱਧਾ ਹੀ ਇਹੋ ਜਿਹਾ ਜੋਗੀ ਹੈ, ਪਰਮੇਸ਼ਰ ਜਿਹੜਾ ਜੁੜਿਆ ਹੋਇਆ ਹੈ। ਪਵਨ ਹੈ ਰਾਜਾ, ਜੋਗੀ ਤੋਂ ਬਿਨਾਂ ਦੱਸੋ ਸਾਰੇ ਕੰਗਾਲ ਹੈ, ਕੌਣ ਰਾਜਾ ਹੋ ਸਕਦਾ ਹੈ? ਉਹ ਜੋਗੀ ਰਾਜ ਆਇਆ ਹੈ ਦੁਨੀਆਂ ਦੇ ਅੰਦਰ, ਕਹੋ ਤਾਂ ਕੌਣ ਰੱਜਿਆ ਹੈ ਉਹ ਯੋਗਾਨੰਦ ਤੋਂ ਬਗੈਰ? ਸਾਰੇ ਲੋਕ ਤ੍ਰਿਸ਼ਨਾ ਕਰਕੇ ਭੁੱਖੇ ਰਹਿੰਦੇ ਹਨ। ਐਸੇ ਗਿਆਨ ਪ੍ਰਗਟਿਆ ਪੁਰਸ਼ੋਤਮ, ਦੁਆਰ ਦਾ ਗਿਆਨ ਪ੍ਰਗਟ ਹੋਇਆ ਇਹ ਜੋਗੀ, ਪੁਰਸ਼ਾਂ ਚੋਂ ਉੱਤਮ ਜੋ ਬ੍ਰਹਮ ਈਸ਼ਰ ਹੈ ਉਹ ਮਹਾਰਾਜ ਸਾਹਿਬ ਉਸ ਪ੍ਰਮਾਣ ਦੀ ਨਿਆਈ ਦਸਵੇਂ ਦੌਰ ਦੇ ਵਿੱਚ, ਜਿਹਦੀ ਜੋਤ ਦਾ ਸਾਰੀ ਦੁਨੀਆਂ 'ਚ ਪ੍ਰਕਾਸ਼ ਹੈ, ਉਹ ਦਸਵੇਂ ਦੌਰ 'ਚ ਉਹਦਾ ਗਿਆਨ ਪ੍ਰਗਟ ਹੋਇਆ। ਸਾਨੂੰ ਚੇਤਨ ਦੀ ਨਾਥ ਕਹੋ ਕਬੀਰ ਰੰਗ ਰਾਤਾ, ਕਹਿੰਦੇ ਮੈਂ ਤਾਂ ਯੋਗਾਨੰਦ ਦੇ ਰੰਗ 'ਚ ਰੁੱਤਾ ਹੋਇਆ ਹਾਂ, ਔਰ ਦੁਨੀ ਸਭ ਭਰਮ ਭੁਲਾ, ਹੋਰ ਦੁਨੀਆਂ ਤਾਂ ਸਾਰੀ ਸ਼ਰਾਬਾਂ ਪੀ ਕੇ ਅਤੇ ਭਰਮ 'ਚ ਹੀ ਭੁੱਲ ਰਹੀ ਹੈ। ਮਨ ਰਾਮ ਰਸਾਇਣ ਮਾਤਾ, ਜੋ ਰਾਮ ਰਸਾਂ ਦਾ ਐਨ ਘਰ ਹੈ ਉਸ ਵਿੱਚ ਮਸਤ ਹੋ ਰਿਹਾ। ਤੂੰ ਕਿਹੜੀਆਂ ਗੱਲਾਂ ਸੁਣਾਉਣਾ ਸਾਨੂੰ, ਸ਼ਰਾਬਾਂ ਕੱਢ ਕੱਢ ਕੇ ਕਹਿੰਦੇ ਹਨ ਹਦਵਾਜੇ ਖੁੱਲਦੇ ਹੈ, ਕਿੰਨਾ ਤੂੰ ਭੁੱਲ ਚੁੱਕਿਆ ਹੋਇਆ। ਸੁਣ ਕੇ ਜੋਗੀ ਨੇ ਯੋਗਾਨੰਦ ਦੀ ਪ੍ਰਾਪਤੀ ਕਰਕੇ ਕਬੀਰ ਸਾਹਿਬ ਤੋਂ ਮਤ ਲੈ ਕੇ ਸ਼ਰਾਬ ਪੀਣੀ ਛੱਡੀ ਅਤੇ ਯੋਗਾਨੰਦ ਨੂੰ ਗ੍ਰਹਿਣ ਕੀਤਾ। ਇਸ ਪ੍ਰਕਾਰ ਸਾਹਿਬ ਸਿੰਘ ਜੀ ਨੂੰ ਹਾਲ ਹੋਇਆ। ਇਸੇ ਪ੍ਰਕਾਰ ਹੋਰ ਸੁਣੋ ਪ੍ਰਕਰਨ, ਇੱਕ ਪੰਡਿਤ ਵਿਦਵਾਨ ਆਇਆ ਮੁਰੰਤੀ ਆਪਣੇ ਆਪ ਨੂੰ ਕਹਾਉਂਦਾ ਸੀ, ਉਹ ਕਹਿੰਦਾ ਕਬੀਰ ਮੈਨੂੰ ਬ੍ਰਹਮ ਦੀ ਬਾਬ ਦੱਸ। ਤਾਂ ਕਬੀਰ ਜੀ ਕਹਿੰਦੇ ਨੇ ਅਚਰਜ ਏਕ, ਫਿਰ ਪੰਡਿਆ ਸੁਣ, ਕਹਿੰਦੇ ਅਸਚਰਜ ਰੂਪ ਹੈ, ਅਸਚਰਜ ਰੂਪ ਕੈਸਾ, ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ ਅਤੇ ਆਪਣੇ ਆਪ ਤੋਂ ਸਵੈ ਪ੍ਰਕਾਸ਼ ਰੂਪ ਹੈ, ਅਤੇ ਫਿਰ ਕੈਸਾ ਅਸਚਰਜ ਰੂਪ ਹੈ, ਜਿਹੜਾ ਸਾਰਿਆਂ ਦਾ ਆਧਾਰ ਹੈ ਅਤੇ ਆਪ ਮੇਰਾ ਆਧਾਰ ਰੂਪ ਹੈ, ਐਸਾ ਹੈ। ਫਿਰ ਕੈਸਾ ਏਕ ਹੈ, ਏਕ ਮੇਰੋ ਰੂਪੀ ਬ੍ਰਹਮ ਹੈ, ਇੱਕ ਰਾਇਤ ਰੂਪ ਹੈ, ਸਭ ਤੋਂ ਉਹਨਾਂ ਦੇ ਜਿਹੜੇ ਸ਼ਿਸ਼ਣ ਹਨ। ਅੱਬ ਕੁਛ ਕਹਿਣ ਨਾ ਜਾ, ਐਸਾ ਉਹ ਵਿਦਵਾਨਾ ਸਰੂਪ ਹੈ ਬ੍ਰਹਮ ਦਾ, ਅੱਬ ਕੁਛ ਅਬ ਉਹ ਕੁਛ ਕੁਛ ਮਾਤਰ ਵੀ ਇਸ ਸਰੂਪ ਦੇ ਨਿਰਣੇ ਤੋਂ ਬਗੈਰ ਹੋਰ ਕੋਈ ਭੇਦ ਬਾਤ ਕਰਕੇ ਜਾਂ ਕੋਈ ਮਾਇਆ ਸਬਰ ਕਿਸੇ ਪ੍ਰਕਾਰ ਦਾ ਕਹਿਣਾ ਨਹੀਂ ਬਣਦਾ ਉਸ ਬ੍ਰਹਮ ਵਿੱਚ। ਸੁਰ ਮਾਰ ਗਣ ਗੰਧਰਵ ਜਿਨ ਮੋਹ, ਸਾਜਨ ਦੇਵਤਿਆਂ ਨੂੰ ਆਪਦੀ ਭਗਤੀ 'ਚ ਮੋਹ ਲਿਆ ਹੈ, ਨਰ ਮਨੁੱਖਾਂ ਨੂੰ ਮੋਹ ਲਿਆ ਹੈ। ਗਣ ਗੰਧਰਵ ਜਿਨ ਮੋਹ, ਗੰਧਰਵ ਆਦਿਕ ਸਾਰੇ ਭਗਤੀ 'ਚ ਮੋਹਤ ਕਰ ਲਏ ਹਨ। ਭਵਨ ਮੇਖ ਲੀਲਾ, ਉਹਨਾਂ ਨੂੰ ਭਗਤੀ ਰੂਪ ਮੇਖ ਲੀਲਾ ਦਾ ਸਾਨੂੰ ਮੇਖ ਲਾਤੀ ਹੈ, ਸਭ ਖਿੱਚੇ ਗਏ ਭਾਵ ਭਗਤੀ ਵਿੱਚ। ਰਾਜਾ ਰਾਮ ਅਨਹਦ ਕੁੰਗੜੀ ਬਾਜਾ, ਮੈਨੂੰ ਕਿਵੇਂ ਪ੍ਰਗਟ ਹੋਵੇ? ਤਾਂ ਕਹਿੰਦੇ ਰਾਜਾ ਜੋ ਪ੍ਰਕਾਸ਼ ਰੂਪ ਹੈ, ਰਾਮ ਜੋ ਰਮਿਆ ਹੋਇਆ ਹੈ, ਅਨਹਦ ਜੋ ਇੱਕ ਰਸ ਹੈ, ਉਹਦੀ ਚੇਤਨ ਸੱਤਾ ਰੂਪੀ ਕੁੰਗੜੀ ਜੇ ਤੇਰੇ ਅੰਦਰ ਵੱਜਿਆ ਆਵੇ, ਸਖਿਆਤ ਹੋ ਜਾਵੇ, ਨਾਗ ਮਿਗ ਲਾਗੇ। ਗੁਰੂ ਮਹਾਰਾਜ ਸਾਹਿਬ ਬ੍ਰਹਮ ਸੇਤੀ ਬ੍ਰਹਮ ਜੀ ਕਿਰਪਾ ਦ੍ਰਿਸ਼ਟੀ ਕੀਤੀ ਹੈ, ਉਹਨਾਂ ਦੀ ਗੁਰੂ ਸਾਹਿਬ ਦੇ ਨਾਗ ਸ਼ਬਦ ਵਿੱਚ ਮਿਗ ਲੱਗ ਜਾਂਦੀ ਹੈ, ਜਿਹਨਾਂ ਦੀ ਗੁਰ ਸ਼ਬਦ 'ਚ ਮਿਗ ਲੱਗਦੀ ਹੈ ਉਹਨਾਂ ਨੂੰ ਸਖਿਆਤਾ ਹੋ ਜਾਂਦੀ ਹੈ। ਰਹਾਓ
ਪਾਠੀ ਜਗਨ ਸੁਣਿਆ ਅਰ ਕਿਹੜੀ ਬਣਾਈ ਦੀ ਸ਼ਰਾਬ ਕੱਢਣ ਬ੍ਰਹਮਾਨੰਦ ਰੂਪੀ ਸ਼ਰਾਬ ਕੱਢਣ ਨੂੰ ਕਹਿੰਦੇ ਪਾਠੀ ਗਗਨ ਗਗਨ ਕਿਹੜਾ ਕਾਹ ਜੇ ਬ੍ਰਹਮ ਚੇਤਨ ਦੀ ਪ੍ਰਕਾਸ਼ ਦੀ ਨਹੀਂ ਵਿਆਪਕ ਹੈ ਜਿਹੜਾ ਇਹੋ ਜਿਹੇ ਵਿੱਚ ਪੱਠੀ ਦੀ ਭਾਵਨਾ ਕਰਨੀ ਪਾਠੀ ਗਗਨ ਸੁਣਿਆ ਅਰ ਕਿਹੜਾ ਸੰਗਣਾ ਨਾ ਭਈ ਕਾਮ ਕ੍ਰੋਧ ਲੋਭ ਮੋਹ ਕਾਲਾ ਸੀ ਸ਼ਬਦਾਂ ਤੋਂ ਇੱਕ ਸੱਜੀ ਨਾਲੀ ਸਮਝ ਲੈ ਅਤੇ ਚੁਣਿਆ ਗਿਆ ਚੁਗਣਾ ਪਰਮੇਸ਼ਰ ਦੇ ਗੁਣਾਂ ਨੂੰ ਸਰ ਸੰਤੋਖ ਦਿਆ ਧਰਮ ਜੀ ਨੂੰ ਸਜਾਤੀ ਬੱਤੀ ਦਾ ਪ੍ਰਵਾਹ ਪਾਉਣਾ ਬਜਾਤੀ ਬੱਤੀ ਸਤਿਕਾਰ ਕਰਨਾ ਇਹ ਦੋ ਸਾੜੀਆਂ ਹਨ ਔਗਣਾਂ ਵੱਲੋਂ ਸੰਗਣਾ ਅਤੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗੁਣਾਂ ਨੂੰ ਚੁੰਘਣਾ ਪ੍ਰਾਪਤ ਕਰਨਾ ਜਿਹੜਾ ਚੁਣਨਾ ਹੈ ਇਹ ਸਾਕੜਾ ਹਨ ਦੋ ਇਸ ਬ੍ਰਹਮਾਨੰਦ ਸ਼ਰਾਬ ਦੇ ਕੱਢਣ ਵਾਸਤੇ ਔਗਣਾਂ ਦਾ ਤਿਆਗ ਅਤੇ ਗੁਣਾਂ ਦਾ ਧਾਰਨਾ ਜਿਹੜਾ ਹਿਰਦਾ ਕਰਨਾ ਨਾ ਈਰਖਾ ਤੋਂ ਰਹਿਤ ਕਰਨਾ ਵਿਕਾਰਾਂ ਤੋਂ ਰਹਿਤ ਕਰਨਾ ਅਤੇ ਸੰਕਲਪਾਂ ਤੋਂ ਰਹਿਤ ਕਰਨਾ ਤ੍ਰਿਸ਼ਨਾ ਤੋਂ ਰਹਿਤ ਕਰਨਾ ਜਿਹੜਾ ਹਿਰਦਾ ਹੈ ਇਹ ਸ਼ੁੱਧ ਚਿੱਤ ਜਿਹੜਾ ਕਰਨਾ ਇਹ ਸ਼੍ਰੇਣੀ ਵਰਗਾ ਘੜਾ ਹੈ ਸ਼ੁੱਧ ਚਿੱਤ ਜਿਹੜਾ ਬਣਾਉਣਾ ਇਹ ਕਲਸ਼ ਘੜਾ ਹੈ ਇਸ ਘੜੇ ਦੇ ਵਿੱਚ ਇੱਕ ਉਸ ਬ੍ਰਹਮਾਨੰਦ ਰੂਪੀ ਇਸ ਸ਼ਰਾਬ ਨੂੰ ਪਾਇਆ ਹੈ ਧਾਰ ਦੇ ਅੰਦਰ ਧਾਰ ਜਿਹੜੀ ਹੈ ਬ੍ਰਹਮਾਕਾਰ ਬਿਰਤੀ ਹੋਣੀ ਗਈ ਹਰ ਵਕਤ ਬ੍ਰਹਮਾਕਾਰ ਬਿਰਤੀ ਬਣੀ ਰਹਿਣੀ ਸੰਸਾਰਾਕਾਰ ਨਾ ਹੋਣੀ ਇਹ ਬ੍ਰਹਮਾਨੰਦ ਦੀ ਧਾਰ ਅਤਿਅੰਤ ਚੁੰਦੀ ਹੈ ਨਿਰਮਲ ਇਹ ਕਿ ਮਾਇਆ ਦੀ ਮੈਂ ਨਹੀਂ ਸਭ ਜਨ ਦੁੱਖ ਨੂੰ ਮਾਇਆ ਦੀ ਇੱਛਾ ਰੂਪੀ ਮੈਂ ਨਹੀਂ ਹੈ ਕਿਸੇ ਪ੍ਰਕਾਰ ਦੀ ਮੈਂ ਨਹੀਂ ਹੈ ਅਤਿਅੰਤ ਨਿਰਮਲ ਹੈ ਮੈਂ ਨਹੀਂ ਮਾਇਆ ਦੀ ਇੱਛਾ ਰੂਪ ਰਾਸੀ ਤਾਂਸੀ ਸ਼ਾਂਤੀ ਰੂਪ ਗੁਣਾ ਰੂਪ ਮੈਂ ਨਹੀਂ ਹੈ ਰਾਸ ਲੋਹਾ ਰਸ ਜਿਹੜੇ ਦੁਨੀਆਂ ਦੇ ਵਿਸ਼ੇ ਰਸ ਹੈ ਕਾਮ ਰਸ ਹੈ ਭੋਗ ਰਸ ਆਦਿਕ ਹਨ ਤੇ ਯੋਗਾਨੰਦ ਰਸ ਆਦਿਕ ਹਨ ਪਦਾਰਥਾਂ ਦੇ 36 ਪ੍ਰਕਾਰ ਦੇ ਰਸ ਨੇ ਉਹਨਾਂ ਸਾਰਿਆਂ ਰਸਾਂ 'ਚ ਇਹੋ ਜਿਹਾ ਰਸ ਨਹੀਂ ਹੈ ਜਿਹੜਾ ਇਹ ਮਹਾਰਾਜ ਸਾਹਿਬ ਜੀ ਪ੍ਰੀਤ ਰੂਪੀ ਰਸਨਾ 'ਚ ਰਸ ਹੋਇਆ ਹੈ ਜਿਹਨਾਂ ਦੀ ਪ੍ਰੀਤ ਰੂਪੀ ਰਸਨਾ ਹੈ ਰਸਾਂ ਵਿੱਚੋਂ ਨਿਰਾਸ ਹੋ ਗਿਆ ਉਹ ਐਸਾ ਬ੍ਰਹਮਾਨੰਦ ਰਸ ਉਹਨਾਂ ਦੇ ਹਿਰਦੇ ਵਿੱਚ ਘਰੇ ਵਿੱਚ ਆਇਆ ਹੈ ਏਕ ਦੇ ਬਾਤ ਅਨੇਕ ਬੰਨੀ ਬੰਨੀ ਕਿਹੜੀ ਚਾਹੀ ਹੈ ਕਹਿੰਦੇ ਏਕਤਾ ਵਾਲੀ ਜਿਹੜੀ ਬਾਤ ਹੈ ਜੀਵ ਇਸ ਦੀ ਏਕਤਾ ਵਾਲੀ ਇਹ ਮਤਲਬ ਇਹ ਸੰਧੂਰੀ ਬੰਨੀ ਜਾਰੀ ਹੋਈ ਹੈ ਰੰਗ ਦੀ ਪਾ ਕੇ ਸ਼ਰਾਬ ਕੱਢਣ ਵਾਲੇ ਵਿੱਚ ਭੱਠੀ ਦੇ ਸਿਰ ਸਿਰ ਦਿੰਦੇ ਹਨ ਜਿਸ ਪ੍ਰਕਾਰ ਰੰਗ ਚਾਹਣ ਆ ਕੇ ਇਹ ਏਕਤਾ ਵਾਲੀ ਜਿਹੜੀ ਬਾਤ ਹੈ ਇਹ ਮਤਲਬ ਇਹ ਸੋਹਣੀ ਬੰਨੀ ਜਾਰੀ ਹੋਈ ਕਿਰਿਆ ਪਾਦੀ ਪਵਨ ਪਿਆਲਾ ਸਾਜੋ ਪਵਨ ਸਵਾਸ ਸਵਾਸ ਜਿਹੜਾ ਵਾਹਿਗੁਰੂ ਦਾ ਭਜਨ ਕਰਨਾ ਮਨ ਨੂੰ ਜਿਹੜਾ ਪਵਿੱਤਰ ਕਰਨਾ ਭਜਨ ਨਾਲ ਉਹੋ ਹੀ ਪਿਆਲਾ ਸਜਾਇਆ ਹੈ ਬਣਾਇਆ ਹੈ ਕੋਈ ਅਦੈਤ ਰੂਪ ਪਰਮੇਸ਼ਰ ਹੈ ਉਹਦੇ ਨਾਲ ਜਿਹੜੇ ਜੁੜੇ ਹੋਏ ਹੈ ਉਹ ਅਦੈਤਵਾਦੀ ਬ੍ਰਹਮ ਗਿਆਨੀ ਜੋਗੀ ਹਨ ਉਹਨਾਂ ਤੋਂ ਬਿਨਾਂ ਕੌਣ ਤ੍ਰਿਪਤ ਹੈ ਆਤਮ ਤ੍ਰਿਪਤੀ ਬਿਨਾਂ ਸਾਰੇ ਭੁੱਖਾ ਹੀ ਸੰਸਾਰ ਕਰਿਆ ਫਿਰਦਾ ਹੈ ਐਸੇ ਗਿਆਨ ਪ੍ਰਗਟਿਆ ਪੁਰਖੇ ਗਿਆਨ ਜਿਨ੍ਹਾਂ ਦੇ ਅੰਦਰ ਪ੍ਰਗਟ ਹੋਇਆ ਉਹ ਪੁਰਖ ਉੱਤਮ ਪੁਰਸ਼ਾਂ ਦੇ ਉੱਤਮ ਈਸ਼ਵਰ ਦਾ ਰੂਪ ਹੋ ਗਏ ਹੈ ਬ੍ਰਹਮ ਦਾ ਸਰੂਪ ਹੋ ਗਏ ਹਨ ਕਬੀਰ ਰੰਗ ਰਾਤਾ ਮੈਂ ਤਾਂ ਉਸ ਬ੍ਰਹਮ ਸਰੂਪ ਦੇ ਰੰਗ ਚ ਭਾਈ ਦੀਆ ਹੋਇਆ ਹਾਂ ਔਰ ਗੁਣੀ ਸਭ ਧਰਮ ਚ ਲਹੋ ਸਾਰੀ ਦੁਨੀਆਂ ਦਾ ਭਾਈ ਧਰਮ ਚ ਭੁੱਲਣ ਚ ਆ ਰਹੀ ਹੈ ਮਨ ਰਾਮ ਰਸਾਇਣ ਮਾਤਾ ਕਹਿੰਦੇ ਉਹ ਰਾਮ ਜੋ ਰਸਾਂ ਦਾ ਆਨ ਘਰ ਹੈ ਉਸ ਵਿੱਚ ਮਸਤ ਹੋ ਗਿਆ ਤੁਸੀਂ ਵੀ ਭਾਈ ਮਸਤ ਹੋ ਫਿਰ ਸਾਨੂੰ ਵੀ ਉਸ ਦਾ ਆਨੰਦ ਪ੍ਰਾਪਤ ਹੋਵੇਗਾ ਤੇ ਆਨੰਦ ਨੂੰ ਪਾ ਕੇ ਬ੍ਰਹਮਾਨੰਦ ਨੂੰ ਪਾ ਕੇ ਲੀਨ ਹੋਵੋਗੇ ਸਦਾ ਤ੍ਰਿਪਤ ਹੋਵੋਗੇ ਇਹਨਾਂ ਸ਼ਬਦ ਕਰਕੇ ਸਰੀਰ ਥੱਕ ਗਿਆ ਆਪ ਕਿਰਪਾ ਕਰਕੇ ਸੁਣਾ ਕਰਨੀ ਗਿਆਨੀ ਵੀਰ ਸਿੰਘ ਜੀ ਆਏ ਹੋਏ ਹੈ ਇਹ ਸੁਣਾਓ ਕਰਕੇ ਜਿੰਨਾ ਤੇਰਾ ਮੱਝ ਨਹੀਂ ਆਉਂਦਾ ਉਹਨਾਂ ਤੋਂ ਸੁਣਾਓ ਬਚਨ ਵਾਲੇ ਦੀਕਾ ਖਾਲਸਾ ਐਸੇ ਗਿਆਨ ਪ੍ਰਗਟਿਆ ਪੁਰਸ਼ੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਭੁਲਾਉਣੀ ਮਨ ਰਾਮ ਰਸਾਇਣ ਮਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ